असी की गल्ला करनी है चौधरी बारे चुगाणी जी। हां जी हां जी, चौधरी जेड़ा ना तानू खुश रखदा ना सानू रखदा है। वे साडे असी की गल्ला तरीफा कर रहे हैं। हां असी की गल्ला तरीफा कर रहे हैं। हां बड़ी तरीफा है अपने कन्नी चोंड लिया ने। हां वे जिंदा नमक खांदे होंदे बारे बगैरतियां करदे हो, गलत बोलदे हो। ਅਤੇ ਉਹਨੂੰ ਤੇ ਚਾਹੀਦੇ ਨੇ ਕੰਜੂਸੀ ਛੱਡੇ, ਪੈਸੇ ਵਧਾਏ ਛੱਡੇ, ਤਾਮੂ ਵਧਾਈ ਜਾ ਰਿਹਾ, ਪੈਸੇ ਵਧਾਈ ਜਾ ਰਿਹਾ। ਬਕਵਾਸ ਬੰਦ ਕਰੋ, ਜਿਹੜੇ ਚੌਧਰੀ ਸਾਹਿਬ ਨੇ ਗੱਲਾਂ ਸੁਣਨੀਆਂ ਤੁਹਾਨੂੰ ਗੋਲੀ ਮਾਰ ਦੇਗਾ। ਮੈਨੂੰ ਗੋਲੀ ਨਾ ਮਰਵਾਣਾ। ਕਿਉਂ? ਮੈਨੂੰ ਮਿੱਠਾ ਮਣਾ ਹੈ। ਬਕਵਾਸ ਬੰਦ ਕਰ ਵੇ, ਮਿੱਠਾ ਮਣਾ ਹੈ। ਕਾਲਾ ਉਹ ਤੋਂ ਪਾਣੀ ਤੁਸੀਂ ਗੋਲੀ ਖਾਓਗੇ, ਜ਼ਰੂਰ ਖਾਓਗੇ। ਮੈਂ ਚੁਦਰਾਣੀ ਜੀ ਹੁਣੇ ਬੁਹਾਰ ਦੀ ਗੋਲੀ ਖਾਧੀ ਏ। ਤੇ ਫੇਰ ਵੀ ਨਹੀਂ ਬੁਹਾਰ ਤੇ ਉਤਰਿਆ, ਮਰੇ ਨਹੀਂ ਉਤਰਿਆ। ਅੱਛਾ ਬੇਟਾ, ਮੇਰੀ ਦੁਆ ਏ ਕੀ ਕਿ ਤੁਸੀਂ ਐਸੇ ਹੀ ਭੌਂਕੀ ਜਾਓ ਉਹਦੇ ਬਾਰੇ, ਚੌਧਰੀ ਸਾਹਿਬ ਬਾਰੇ, ਕਿ ਉੱਤੋਂ ਆ ਕੇ ਸਾਰੀਆਂ ਗੱਲਾਂ ਸੁਣ ਲੈ। ਅਸੀਂ ਵੇਖ ਲਾਂਗੇ ਜਦੋਂ ਉੱਤੋਂ ਆ ਕੇ ਸੁਣੇਗਾ ਚੌਧਰੀ ਬੰਦਾ। ਕੌਣ ਸੁਣ ਲੇਗਾ? ਹੈ ਕੌਣ ਸੁਣ ਲੇਗਾ? ਮੈਂ ਤੈਨੂੰ ਗੱਲ ਦੱਸਦਿਆਂ, ਇਹ ਸੇਂ ਚ ਰੱਖ ਲੈਣਾ ਮੇਰੇ ਹੁੰਦਿਆਂ, ਕੋਈ ਚੋਰੀ ਇੱਥੇ ਗੱਲ ਨਹੀਂ ਕਰ ਸਕਦਾ। ਜਿਹੜੀ ਵੀ ਗੱਲ ਕਰਨੀ ਹੈ ਮੇਰੇ ਸਾਹਮਣੇ ਕਰਨੀ ਹੈ, ਨਹੀਂ ਤਾਂ ਮੈਂ ਲੱਤਾਂ ਲਾ ਦੇਣੀ ਹੈ ਤੁਹਾਡੀਆਂ ਸਾਰਿਆਂ ਦੀਆਂ। ਕਿੰਨੀ ਉਮਰ ਹੈ ਚੋਈ ਸਾਹਿਬ ਦੀ? ਹੁਣੇ ਤਰੀਫਾ ਕਰ ਰਿਹਾ ਚੋਈ ਸਾਹਿਬ ਦੀਆਂ। ਅਸੀਂ ਮੈਨੂੰ ਪਤਾ ਤੁਸੀਂ ਕਿੱਡੇ ਕੁ ਮੇਰੇ ਨਾਲ ਸੰਸਕੀਅਰ ਹੋ। ਉਹ ਚੁੱਲ ਜਾ, ਮੈਨੂੰ ਪਿਆਰ ਤੁਸੀਂ ਕਰਦੇ ਹੋ। ਪਿਆਰ ਕਰਨੇ ਆ ਯਤੀਮ ਕਦੋਂ ਵੇਖ ਕਿੱਡੇ ਸੋਹਣੇ, ਇੰਜ ਜਦੋਂ ਪਿੰਡ ਚ ਨਿਕਲਦੇ ਨੇ ਚੌਧਰੀ ਸਾਹਿਬ ਦਾ ਕੁੱਤਾ ਬਾਹਰ ਨਿਕਲੇ, ਲੋਕੀ ਉੱਠ ਕੇ ਖਲੋ ਜਾਂਦੇ ਨੇ, ਚੌਧਰੀ ਸਾਹਿਬ ਆਪ ਆ ਗਿਆ। ਬੇਵਕੂਫੋ, ਤੁਹਾਨੂੰ ਪਤਾ ਹੀ ਨਹੀਂ, ਉੱਤੋਂ ਮੈਨੂੰ ਜਿਹੜਾ ਗੁੱਸਾ ਨਾ ਸਹੀ, ਆ ਮੇਰੀ ਬੀਵੀ ਤੇ ਆ, ਇਹਦੇ ਤੇ ਗੁੱਸਾ, ਇਹਦੇ ਤੇ ਇਹਨੇ ਤੇ ਕਿਉਂ ਗੁੱਸਾ? ਤੈਨੂੰ ਮੈਂ ਕਲਪ ਕਲਪ ਕੇ ਮਰ ਗਿਆ ਕਿ ਮੈਨੂੰ ਪੁੱਤਰ ਦੇ ਦੇ, ਪੁੱਤਰ ਦੇ ਦੇ। ਇਹਨੇ ਕੱਢ ਕੇ ਕੁੜੀ ਜੰਮ ਕੇ ਮੇਰੇ ਮੂੰਹ ਤੇ ਮਾਰੀ। ਮੈਂ ਚਾਹੁੰਦਾ ਸੀ ਕਿ ਮੇਰਾ ਪੁੱਤਰ ਹੁੰਦਾ, ਮੈਂ ਜਹੇਜ਼ ਮੰਗਦਾ ਆਪਣੀ ਮਰਜ਼ੀ ਦੇ ਨਾਲ, ਜਿੰਨੀ ਚਾਹੁੰਦਾ ਜਹੇਜ਼ ਦੇ ਵਿੱਚ ਚੀਜ਼ਾਂ ਲੈਂਦਾ। ਮੈਨੂੰ ਧੀ ਜੰਮ ਕੇ ਦੇਤੀ, ਮੈਂ ਇੱਡਾ ਪਰੇਸ਼ਾਨ ਰਹਿਣਾ ਉਹਦੀ ਵਜ੍ਹਾ ਤੋਂ। ਉਹਨੂੰ ਦੇਖ ਦੇਖ ਕੇ ਮੈਨੂੰ ਫਰਨੀਚਰ ਯਾਦ ਆਉਂਦੇ ਆ, ਮੈਨੂੰ ਪੇਟੀਆਂ ਨਜ਼ਰ ਆਉਂਦੀਆਂ, ਮੈਨੂੰ 400-400 ਬੰਦੇ ਨੂੰ ਰੋਟੀ ਖਵਾਉਂਦੇ ਆ ਲੋਕ ਨਜ਼ਰ ਆਉਂਦੇ ਆ। ਤੇਰੀ ਵਜ੍ਹਾ ਤੋਂ ਹੈ, ਇਹਨਾਂ ਨੇ ਤਾਂ ਮੇਰੇ ਨਾਲ ਪਹਿਲੇ ਹੀ ਜ਼ਿਆਦਤੀ ਕੀਤੀ, ਵਿਆਹ ਵਾਲੇ ਦਿਨ ਜ਼ਿਆਦਤੀ। ਇਹਦੇ ਪਿਓ ਨੇ ਦੇਖਿਆ ਬਰਾਤ ਦੇ ਨਾਲ ਲੋਕ ਜ਼ਿਆਦਾ ਆ ਗਿਆ, ਲਾਂਤੀ ਨੇ ਸਾਲਣ ਵਾਲੀਆਂ ਦੇਗਾਂ 'ਚ ਪੈਟਰੋਲ ਪਾ ਦਿੱਤਾ। ਬਸ ਫਿਰ ਹਰ ਮਹਿਮਾਨ ਕਹਿੰਦਾ ਫਿਰ ਜੀ ਇਹ 1.5 ਲੀਟਰ ਸਾਲਣ ਪਾ ਦੇਣਾ, ਇਹ 2 ਲੀਟਰ ਸਾਲਣ ਪਾ ਦਿਓ ਜੀ, ਇਹ 3 ਲੀਟਰ ਸਾਲਣ ਪਾ ਦਿਓ। ਰੋਟੀ ਤੇ ਰੋਟੀ ਤੁਸੀਂ ਇਹ ਦੇਖੋ ਕਿ ਮੌਲਵੀ ਨੇ ਮੇਰੇ ਅੱਬੇ ਨੂੰ ਪੁੱਛਿਆ ਤੁਹਾਡਾ ਮੁੰਡਾ ਕੀ ਕਰਦਾ, ਮੇਰਾ ਅੱਬਾ ਕਹਿੰਦਾ 1 ਲੀਟਰ 'ਚ 30 ਕਿਲੋਮੀਟਰ ਕਰਦਾ ਜਨਾਬ। ਔਰ ਇਹ ਤੁਸੀਂ ਇਹ ਹਿਸਾਬ ਲਾਓ ਕਿ ਜਦੋਂ ਕਬੂਲ ਕਹਿਣਾ ਸੀ, ਹਾਂਜੀ ਮੈਨੂੰ ਮੌਲਵੀ ਨੇ ਪੁੱਛਿਆ ਫਲਾਂ ਲੜਕੀ ਇੰਨਾ ਹੱਕ ਮਾਰ, ਤੈਨੂੰ ਕਬੂਲ ਹੈ? ਮੈਂ ਕਬੂਲ ਕਹਿਣ ਦੀ ਜਗ੍ਹਾ ਤੇ ਉੱਥੇ ਕਹਿਣਾ PSO ਟੋਟਲ, ਬਸ ਪੈਟਰੋਲ ਜੇ ਪੀ ਲਿਆ। ਚੰਗੀ ਭਲੀ ਬਰਾਤ ਬੱਸਾਂ ਤੇ ਆਈ ਸੀ, ਅੱਛਾ ਜਾਂਦੀ ਵਾਰੀ ਹਰ ਬਰਾਤੀ ਆਪਣੇ ਆਪ ਨੂੰ ਕੇਕ ਮਾਰੇ ਤੇ ਆਪੇ ਨਿਕਲਦਾ ਜਾਵੇ। ਮੇਰਾ ਚਾਚਾ ਮੈਨੂੰ ਕਹਿੰਦਾ ਪੁੱਤਰ ਮੈਨੂੰ ਕੇਕ ਮਾਰੀ, ਮੇਰਾ ਕਚਰਾ ਫਸਣ ਡਿਆ, ਸਾਰਿਆਂ ਨੂੰ ਪੈਟਰੋਲ ਪਿਆਤਾ, ਆਪਣਾ ਸਾਲਣ ਜਾਇਆ ਕਰ ਲਿਆ, ਸਾਡੇ ਅੱਗੇ ਜ਼ਲੀਲ ਕਰਵਾ ਦਿੱਤਾ। ਉਹ ਮੈਂ ਕਿਹਾ ਚੋਰੀ ਸਾਹਿਬ ਉਹ ਕਿਹੜਾ ਰਿਸ਼ਤੇਦਾਰ ਸੀ ਜਿਹਨੇ ਸਾਲਣ ਦੇ ਅੱਗੇ ਸਿਗਰਟ ਲਾ ਲਿਆ ਸੀ? ਉਹ ਪਤਾ ਕੌਣ ਸੀ? ਉਹ ਨਾ ਹੀ ਗੱਲ ਕਰ। ਅੱਛਾ ਉਹ ਮੇਰਾ ਤਾਇਆ ਸੀ, ਉਹਨੇ ਜਦੋਂ ਇੰਜ ਕਰਕੇ ਸਿਗਰਟ ਲਾਇਆ ਬਸ ਪਟਾਕਾ ਵੱਜਿਆ, ਬੋਟੀਆਂ ਮੇਰੇ ਤਾਏ ਦੇ ਮੂੰਹ ਤੇ ਵੱਜੀਆਂ ਵੀ ਜਦੋਂ ਸਾਲਣ ਦੇ ਵਿੱਚ ਜੋ ਪੈਟਰੋਲ ਸੀ। ਉੱਤੋਂ ਸੁਹਾਗ ਰਾਤ ਨੂੰ ਮੈਂ ਸਿਰਫ ਇਹਨੂੰ ਇੰਨਾ ਹੀ ਕਿਹਾ ਕਿ ਜਾਨ ਮੈਨੂੰ ਤੂੰ ਪੁੱਤਰ ਦੇਣਾ, ਮੈਨੂੰ ਕਹਿੰਦੀ ਮੇਰੇ ਪਹਿਲੇ ਖਾਮ ਚੋ ਉਹ ਦੇ ਦਿਆਂ। ਚੌਧਰੀ ਸਾਹਿਬ ਉਹ ਤਾਂ ਤੁਹਾਡਾ ਮਜ਼ਾਕ ਕੀਤਾ ਸੀ ਮੈਂ। ਜੇ ਮਜ਼ਾਕ ਨਾ ਕੀਤਾ ਹੁੰਦਾ ਤਾਂ ਮੈਂ ਤੇਰੀ ਧੌਣ ਤੇ ਮਾਰ ਰਹੀ, ਤੇਰੀ ਧੌਣ ਲਾ ਹੀ ਦੇਣੀ ਸੀ। ਚੌਧਰੀ ਸਾਹਿਬ ਦੌਲਤ ਜਿਹੜੀ ਹੈ ਨਾ ਉਹ ਔਰਤ ਦੇ ਮੁਕੱਦਰਾਂ ਦੀ ਹੁੰਦੀ ਹੈ ਤੇ ਜਿਹੜੇ ਬੱਚੇ ਨੇ ਉਹ ਮਰਦ ਦੇ ਮੁਕੱਦਰਾਂ ਦੇ ਹੁੰਦੇ ਨੇ। ਹਾਂ ਏਡੀਆਂ ਨਸੀਤਾਂ ਵਾਲੀਆਂ ਗੱਲਾਂ ਨਾ ਮੇਰੇ ਨਾਲ ਕਰ। ਉੱਤੋਂ ਜਿਹੜਾ ਰਿਸ਼ਤੇ ਕਰਾਉਣ ਵਾਲਾ ਉਹ ਲਾਂਤੀ ਜਿਹਨੂੰ ਵੀ ਲੈ ਕੇ ਆਉਂਦਾ ਹੈ ਯਾਰ ਤੁਹਾਡਾ, ਉਹ ਆ ਕੇ ਮੈਨੂੰ ਕਹਿਣ ਜਾਂਦਾ ਆਪਣੀ ਕੁੜੀ ਦਾ ਵਿਆਹ ਕਰਾਓਗੇ ਕਿੰਨਾ ਜਹੇਜ ਦਿਓਗੇ, ਉਹ ਕਿੰਨਾ ਜਹੇਜ ਦਿਓਗੇ। ਰਿਸ਼ਤੇ ਦਾ ਕੀ ਬਣਿਆ? ਬਸ ਮੈਂ ਤੇ ਚਾਹੁੰਦਾ ਕਿਤੇ ਚਲੀ ਜਾਏ,
ਵਿਆਹ ਉਹਦਾ ਕਰ ਦਈਏ ਮੇਰੇ ਮਗਰੋਂ ਲੱਥ ਜਾਵੇ। ਮੈਨੂੰ ਜਦੋਂ ਨਜ਼ਰ ਆਉਂਦੀ ਹੈ ਨਾ ਧੀ ਮੇਰੀ, ਮੈਨੂੰ ਬਹੁਤ ਦੁੱਖ ਲੱਗਦਾ। ਵੈਸੇ ਇੱਕ ਗੁਜਰਾਂ ਦਾ ਰਿਸ਼ਤਾ ਹੈਗਾ ਜੇ। ਬਹੁਤ ਅੱਛੇ, ਉਹਨਾਂ ਨੇ ਜੇ ਇਹਦੇ ਨਾਲ ਨਾਲ ਚਾਰ ਮੱਝਾਂ ਵੀ ਮੰਗਣੀਆਂ, ਮੇਰਾ ਕੱਟਾ ਦੇਣ ਤੇ ਦਿਲ ਨਹੀਂ ਕਰਨ ਦਿਆ। ਤੂੰ ਕਿਹੜੇ ਕਿਹੜੇ ਰਿਸ਼ਤੇ ਲੈ ਕੇ ਆ ਜਾਣਾ? ਸ਼ੇਖਾਂ ਦਾ ਰਿਸ਼ਤਾ ਵੀ ਹੈਗਾ ਜੇ। ਹਾਂ ਸ਼ੇਖ ਤਾਂ ਹੁੰਦੇ ਵੀ ਕੰਜੂਸ ਹੈ, ਇਹ ਬੜੇ ਕੰਜੂਸ ਹੁੰਦੇ ਸ਼ੇਖ ਭਾਈ। ਮੈਨੂੰ ਕੋਈ ਰਿਸ਼ਤਾ ਨਹੀਂ ਚਾਹੀਦਾ। ਹੋਰ ਕੋਈ ਦੱਸ, ਕੋਈ ਹੋਰ ਰਿਸ਼ਤਾ? ਚੌਈ ਸਾਹਿਬ, ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਉਹ ਇਹ ਕਿ ਸ਼ਹਿਰ ਵਿੱਚ ਮੇਰੇ ਇੱਕ ਸੇਠ ਸਾਹਿਬ ਨਾਲ ਬੜੀ ਜਾਣ ਪਹਿਚਾਣ ਹੈ। ਅੱਛਾ। ਉਹਨਾਂ ਦੀ ਇੱਕੋ ਇੱਕੋ ਧੀ ਹੈ ਜਿਹਦਾ ਉਹ ਵਿਆਹ ਕਰਨਾ ਚਾਹੁੰਦੇ ਨੇ, ਤੇ ਇਹ ਕਹਿੰਦੇ ਨੇ ਕਿ ਜਿੱਥੇ ਸਾਡੀ ਧੀ ਦਾ ਵਿਆਹ ਹੋਏਗਾ ਅਸੀਂ ਮੁੰਡੇ ਵਾਲੇ ਨੂੰ ਜਹੇਜ਼ ਤੋਂ ਇਲਾਵਾ 50 ਲੱਖ ਰੁਪਇਆ ਦੇਵਾਂਗੇ। ਅਗਰ ਤੂੰ ਬੱਚਾ ਜੰਮਿਆ ਹੁੰਦਾ, ਪੁੱਤਰ ਜੰਮਿਆ ਹੁੰਦਾ, ਤੇ ਮੈਂ ਇੱਥੇ 50 ਲੱਖ ਰੁਪਇਆ ਲੈਣ ਜੋਗਾ ਤੇਰੇ ਨਾਲ? ਮੈਨੂੰ ਤੁਹਾਨੂੰ ਮਸ਼ਵਰਾ ਦੇਣਾ ਹੈ ਕਿ ਆਪਣਾ ਪਿੱਛੇ ਪਲਾਟ ਨੀ ਪਿਆ ਜਿਹੜਾ ਵੱਡਾ, ਖਾਲੀ ਪਲਾਟ ਵੱਡਾ ਸਾਡਾ, ਉਹਦੇ ਚ 2 ਬੰਦੇ ਰਹਿੰਦੇ ਨੇ ਤੁਹਾਨੂੰ ਪਤਾ, ਇੱਕ ਨਸ਼ਈ। ਉਹ ਮੇਰਾ ਪਲਾਟ ਕਦੋਂ ਆ? ਉਹ ਤੁਹਾਡਾ ਪਲਾਟ ਨੀ, ਕਿਸੇ ਦੇ ਪਲਾਟ ਚ 2 ਬੰਦੇ ਨੇ, ਇੱਕ ਨਸ਼ਈ ਹੈ ਤੇ ਇੱਕ ਸਾਈ ਹੈ। ਓਏ ਆਹੋ ਬੈਠੇ ਹੁੰਦੇ ਆ, ਬੈਠੇ ਹੁੰਦੇ ਨੇ, ਤੇ ਉਹਨਾਂ ਦੋਵਾਂ ਬੰਦਿਆਂ ਨੂੰ ਇੱਥੇ ਘਰ ਬੁਲਾ ਲਵੋ ਤੇ ਉਹਨਾਂ ਨੂੰ ਪੁੱਤਰ ਬਣਾ ਲਵੋ ਤੇ ਰਿਸ਼ਤਾ ਕਰ ਲਵੋ। ਧੁੰਦ ਬਹੁਤ ਪੈਣ ਦੀ, ਬਹੁਤ ਠੰਡ ਪੈ ਰਹੀ ਹੈ। ਮੈਂ ਕਹਿੰਦਾ ਠੰਡ ਦਾ ਕੀ ਕਰੀਏ ਯਾਰ, ਮੈਨੂੰ ਕੁਛ ਸਮਝ ਨਹੀਂ ਆਉਂਦਾ। ਅੱਗ ਬਾਲ ਲਓ, ਅੱਗ ਠੀਕ ਹੋ ਜਾਓਗੇ। ਅੱਗ ਬਾਲੀ? ਆਹੋ। ਪਹਿਲੇ ਇਹਦੀ ਮੈਂ ਸੁਣ ਲਵਾਂ ਗੱਲ, ਸੁਣ ਮੇਰੀ। ਉਹ ਜਿਹੜਾ ਸਾਈ ਹੈ, ਹਾਂਜੀ, ਤੇ ਯਾਨੀ ਉਹਨੂੰ ਅਸੀਂ ਲਿਆ ਕੇ ਆਪਣਾ ਪੁੱਤਰ ਬਣਾ ਲਈਏ? ਬਿਲਕੁਲ ਬਈ, ਬੜਾ ਅੱਛਾ ਮਸ਼ਵਰਾ ਦਿੱਤਾ। ਓਏ ਜਾ ਕੇ ਤੂੰ ਸਾਈ ਨੂੰ ਲੈ ਕੇ ਆ। ਸਾਈਆਂ ਨੂੰ ਮੈਂ ਲੈ ਕੇ ਆਇਆ ਚੁੱਪਾ। ਤੂੰ ਸਾਈ ਨੂੰ ਲੈ ਗਿਆ ਜਾਂ ਤੂੰ ਹਲੀਮ ਲੈ ਗਿਆ? ਹਾਂ, ਉਹ ਇੱਧਰ ਤੇ ਵੇਖ, ਮੈਂ ਕਿਹਾ ਹਲੀਮ ਵਾਲੇ ਦੀ ਬੀਵੀ ਹੁੰਦੀ। ਲੈ 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 ਲੈ, ਇਹ ਇਹਦੇ ਨਾਲ ਗੱਲ ਕਰਨੀ, ਬੜਾ ਅੱਛਾ ਰਿਸ਼ਤਾ ਲੈ ਕੇ ਆਇਆ। ਅੱਛਾ, ਤੂੰ ਰਿਸ਼ਤਾ? ਹਾਂਜੀ, ਬੜਾ ਅੱਛਾ ਰਿਸ਼ਤਾ ਲੈ ਕੇ ਆਇਆ। ਕੋਈ ਸਾਹਿਬ ਫਿਰ ਮੁੰਡਾ ਪੈਦਾ ਹੋ ਗਿਆ ਜਾਂ ਸਮਝ ਲਓ ਮੁੰਡਾ ਆ ਗਿਆ? ਕਿਹਾ ਮਤਲਬ ਹੈ ਮੁੰਡਾ ਤਿਆਰ ਹੋ ਗਿਆ? ਇਹ ਗੱਲ ਦਾ ਤੂੰ ਪਤਾ ਨਹੀਂ ਲੱਗਣ ਦੇਣਾ, ਉਹਨੂੰ ਕਹਿਣਾ ਵੀ ਸੇਠ ਸੇਠ ਨੂੰ ਦੱਸਣਾ ਵੀ ਚੌਧਰੀ ਦਾ ਪੁੱਤਰ ਆ। ਅੱਛਾ, ਕੱਲਾ ਕੱਲਾ ਮਾਲਕ ਹੈ? ਕੱਲਾ ਕੱਲਾ ਹਵੇਲੀ ਦਾ? ਅੱਛਾ, ਜ਼ਮੀਨਾਂ ਦਾ ਮਾਲਕ? ਵਾਹ, ਉਹਦਾ ਤੁਹਾਨੂੰ ਰਿਸ਼ਤਾ ਲਾ ਦੇਣਾ, ਉਹਨੂੰ ਲੈ ਕੇ ਫੌਰਨ ਆ ਜਾਵੇ। ਤੇ ਇਹਦਾ ਮਤਲਬ ਹੈ ਕਿ ਮੈਂ ਸ਼ਹਿਰ ਟੁਰ ਜਾਵਾਂ ਤੇ ਸੇਠ ਦੇ ਜਾ ਕੇ ਪੱਕੀ ਗੱਲ ਹੋਰ ਲੈ ਲੈ ਪੱਕੀ ਪੱਕੀ ਸੀਮਟ ਪਾਉਣਾ ਵਿੱਚ ਪੱਕੀ ਗੱਲ ਕਰਨੀ ਹੈ। ਉਹ ਰਿਸ਼ਤਾ ਪੱਕਾ ਕਰ ਗਿਆ ਵਾ ਤੇ ਲਾ ਫਿਰ ਮੈਂ ਚੱਲਾਂ ਜੀ। ਚਾਹ ਪੀਣੀ? ਚਾਹ ਆ, ਚਾਹ ਪੀਣੀ ਹੈ, ਬਾਹਰੋਂ ਪੀਓ, ਬਾਹਰੋਂ। ਹੈ ਬਾਹਰ ਚੌਧਰੀ ਸਾਹਿਬ, ਲਓ ਜੀ ਚੌਰੀ ਸਾਹਿਬ, ਅੰਦਰ ਮੈਂ ਕੱਪੜੇ ਸਾਰੇ ਧੋਤੇ ਨੇ, ਬਰਤਨ ਧੋਤੇ ਨੇ, ਆ ਬਸ ਥੋੜੀ ਜਿਹੀ ਸਫਾਈ ਰਹਿ ਗਈ, ਤੇ ਮੈਂ ਕਰਕੇ ਜਨਾਬ ਤੇ ਨਿਕਲਣ ਲੱਗਾ। ਬਈ ਨੌਕਰਾ, ਤੇਰਾ ਕੰਮ ਹੀ ਹੈ ਵੀ ਇਹ ਸਫਾਈ ਕਰਨਾ, ਚੱਲ ਜਲਦੀ ਜਲਦੀ ਸਾਰੇ ਕੰਮ। ਅੱਛਾ ਚੌਧਰੀ ਸਾਹਿਬ, ਹਾਂ, ਇਹ ਤੁਹਾਡਾ ਭਰਾ ਏ, ਉਹਦੇ ਸਿਰ ਤੇ ਸੱਟ ਲੱਗੀ, ਇੱਕ ਵੱਜੀ ਏ, ਉਹਦਾ ਜ਼ਹਿਨੀ ਤਵਾਜ਼ਣ ਠੀਕ ਨਹੀਂ, ਤੁਸੀਂ ਉਹਦਾ ਇਲਾਜ ਕਿਉਂ ਨਹੀਂ ਕਰਵਾਉਂਦੇ? ਮੈਂ ਧੌਣ ਤੇ ਮਾਰਨੀ ਏ, ਤੂੰ ਚਾਹੁੰਦੀ ਏ ਕਿ ਮੈਂ ਇਹਦਾ ਇਲਾਜ ਕਰਾ ਦਵਾਂ ਤੇ ਇਹਦੀ ਯਾਦਦਾਸ਼ਤ ਵਾਪਸ ਆ ਜਾਵੇ, ਸਾਰੀ ਜਿਦਾ ਦੇ ਦਈਏ, ਇਹਨੇ ਬਾਅਦ ਚ ਮੈਨੂੰ ਵਿੱਚੋਂ ਕੀ ਦੇਣਾ? ਚੁੱਪ ਕਰਕੇ ਜਿੱਥੇ ਹੈਗੀ ਉੱਥੇ। ਚੌਧਰੀ ਸਾਹਿਬ, ਹਾਂ, ਆਪਣੀਆਂ ਗੱਲਾਂ ਛੱਡੋ, ਮੈਨੂੰ ਤਨਖਾਹ ਦੇ ਦਿਓ ਮਿਹਰਬਾਨੀ। ਤਨਖਾਹ ਤੂੰ ਕੀ ਕਰਨੀ ਆ? ਹੈ ਕੀ ਕਰਨੀ ਆ ਤਨਖਾਹ? ਮੇਰੀ ਬੀਵੀ ਵਾਲ ਬੱਚਾ ਹੋਣ ਵਾਲਾ। ਓਏ ਹੋਏ ਹੋਏ, ਮੈਨੂੰ ਤਨਖਾਹ ਦੇ ਦਿਓ। ਕਿੱਥੇ ਤੇਰੀ ਬੀਵੀ ਹੈ?
ਕਿਹੜੀ ਤੇਰੀ ਬੀਵੀ ਆਖ ਲੈ ਹੈ ਆ ਤੇਰੀ ਬੀਵੀ ਐ ਮੇਰੀ ਬੀਵੀ ਓਏ ਨਹੀਂ ਨਹੀਂ ਇਹ ਮੇਰੀ ਬੀਵੀ ਆ ਐ ਮੇਰੀ ਬੀਵੀ ਐ ਮੇਰਾ ਪੁੱਤਰ ਹੈ ਆ ਲੈ ਸਾਂਸੀ ਆ ਜਿਆ ਮੈਂ ਤੇਰਾ ਪੁੱਤਰ ਕਿੱਥੋਂ ਆ ਗਿਆ ਮੈਂ ਤੇਰੀ ਬੀਵੀ ਨਹੀਂ ਨਹੀਂ ਐ ਨਾ ਕਰੋ ਨਹੀਂ ਖੁਦਾ ਦਾ ਬਾਸ ਮੈਂ ਤੇਰੀ ਬੀਵੀ ਨਹੀਂ ਇਹਨੂੰ ਕਹਿ ਦੇ ਕਿ ਤੂੰ ਮੇਰੀ ਬੀਵੀ ਹੈ ਨਹੀਂ ਤੂੰ ਮੇਰੀ ਮਾਂ ਨਹੀਂ ਮਿਹਰਬਾਨੀ ਤੇਰੀ ਇਹਨੂੰ ਕਹਿ ਦੇ ਕਿ ਤੂੰ ਮੇਰੀ ਬੀਵੀ ਹੈ मैं सचो सच दस मेरी बीवी नहीं अच्छा जेठ साल च एक महीना जेठ का भी होंगे कोई नहीं रोजा खोलता नहीं अल्ट्रासाउंड करन दे लांती है केदे नाल करन दे अल्ट्रासाउंड मेरी बीवी आ जेड़ी तेरी बीवी वाल काका होने वाला ना आहो तू सफाइयां कर सारे घर दिया काम कर मैं तैनू पैसे भी दूं तनखाह भी दूं तेरे होने वाले बच्चे लई कपड़े भी लेके दूं देख लो ती तेरी बीवी हां ये मेरी बीवी है आप मुछा है गया लेकिन वाल तोड़ होया तू मेरी फूफी है हां हां मेरी फूफी है हां ते मेरे बच्चे दी मां बन ओही गल मेरा पुत्र आया मेरा पुत्र बंदा दुनिया च एक बारी आंदा बार बार आना चंगा नहीं लगदा भाई मेनू मन जाए चौधरी मेरा कोई कसूर नहीं और लांती ने जिन्हें बनाना सी उन्हें बनाया बेटा वो तो कोई चंगा बंदा ही होगा तू घबराना नहीं बस ए ज़हन च रखना तू अज तो बाद चौधरी नसीर दा पुत्र आ मेरा पुत्र करना की है करना की है तू पैलियां च फिरना पग बन के पहले बड़ा तू साइंस टेक्नोलॉजी दा वजीर नहीं मेनू इत्थे उमर भाई ने ना अपने प्लाट ते ना जगह दी उन्हें कहा तू इत्थे सोना कर ते ना रोटी भी दिंदे हो एडा चंगा प्लाट खुला छत भी नहीं मेरी बीवी है ना अच्छा ए तेरी मां है मेरी मां ते तेरे को की करन रही है भई जदों मैं ओदा खामत जो होया ते मैं तेरा प्यो होया ते फिर मैं इत्थे ही होना ना सही गल है ओ तेरा प्यो ओ तेरी मां ते मैं तेनू तेरा छोटा भरा दांगा ऐ हुंदा ही भरा ऐ भरा भरावां दीआं बाहां हुंदीआं ने ओ भाई चोरी साहब वेली च को खुशी है क्यों हां खुश रहे बुलाए तुसी ये कौन है मकड़ू कुत्ता मकड़ू कुत्ता तू तो एक कुत्ता उत्तों मखरू है आ बस बंदे नू पछाण ले
ਯਕੀਨ ਕਰੋ। ਅੱਛਾ ਇਹ ਟੀਵੀ ਤੇ ਆਉਂਦਾ ਹੈ। ਟੀਵੀ ਤੇ ਆਉਂਦਾ ਸਾਇੰਸ ਟੈਕਨੋਲੋਜੀ ਦਾ ਵਜ਼ੀਰ ਫਵਾਦ ਚੌਧਰੀ। ਤੂੰ ਹੀ ਸਦਕੇ ਜਾਵਾਂ ਤੂੰ ਫਰਦੌਸ ਆਸ਼ਕਵਾਨ ਦਾ ਪੁੱਤਰ। ਕੀ ਹਾਲ ਹੈ? ਹਕੂਮਤ ਇਕੱਠੀ ਹੋ ਗਈ। ਹਾਂ ਮੇਰਾ ਖਿਆਲ ਹੈ ਸੈਨੇਟ ਦੇ ਇਲੈਕਸ਼ਨ ਇੱਥੇ ਹੀ ਹੋ ਜਾਣੇ ਹੈ। ਤੁਸੀਂ ਭਾਈ ਗੱਲ ਸੁਣ ਲਓ ਮੇਰੀ। ਮੈਂ ਕਿਹਾ ਗੱਲ ਸੁਣੋ, ਉਹ ਤੇ ਮਾਂ ਹੋ ਗਈ, ਤੁਸੀਂ ਪਿਓ ਹੋ ਗਏ, ਇਹ ਭਾਈ ਕੌਣ? ਮੈਂ ਕੰਮ ਆ ਇਹਨਾਂ ਦਾ, ਜ਼ਮੀਨਾਂ ਤੇ ਗਿਆ ਸੀ ਅੱਜ ਆਇਆ। ਅੱਛਾ ਤੂੰ ਕੰਮ ਹੈ? ਹਾਂਜੀ ਉਹ ਤੇ ਦੂੜੋ ਹੀ ਲੱਗਣ ਡਿਆ। ਜਦੋਂ ਮੇਰੇ ਤੇ ਯਕੀਨ ਕਰ ਲਿਆ ਉਹਨੂੰ ਵੀ ਮੰਨ ਲਓ ਤੁਸੀਂ। ਕੋਈ ਇਹਨੂੰ ਕਿ ਕਲਮਾ ਚਾਹੁੰਦਾ ਉੱਥੇ ਸੁਣਾ। ਉਹ ਯਾਰ ਠਹਿਰ ਜਾਓ, ਮੈਂ ਤੁਹਾਨੂੰ ਜਿਹੜੀ ਗੱਲ ਕਹਿਣ ਡਿਆ ਨਾ ਤੂੰ ਇਹਨੂੰ ਵੀ ਸਮਝਾ ਭੋਲੇ ਨੂੰ। ਕੀ? ਇਹਨੂੰ ਕਹਿ ਕਿ ਮੇਰਾ ਪੁੱਤਰ ਆ ਤੂੰ। ਅੱਛਾ ਤੂੰ ਮੇਰਾ ਪੁੱਤਰ ਕੀ ਹੈ? ਪਤਾ ਕੀ ਹੈ, ਬੰਦੇ ਨੂੰ ਪਹਿਲੇ ਗੱਲ ਦਾ ਪਤਾ ਲੱਗੇ ਨਾ, ਫਿਰ ਉਸ ਤੋਂ ਬਾਅਦ ਬੰਦਾ ਗੱਲ ਕਰਦਾ। ਮੈਂ ਦੱਸਣਾ ਤੈਨੂੰ, ਤੂੰ ਆਪਣੇ ਘਰ ਕਿਉਂ ਰੱਖ ਰਿਹਾ, ਆਪਣਾ ਪੁੱਤਰ ਕਿਉਂ ਬਣਾ ਰਿਹਾ, ਇਹਦੇ 'ਚ ਤੇਰਾ ਕੋਈ ਫਾਇਦਾ ਹੋਏਗਾ? ਨਹੀਂ ਨਹੀਂ ਨਹੀਂ, ਮੇਰਾ ਕੋਈ ਫਾਇਦਾ ਨਹੀਂ, ਮੈਨੂੰ ਤੇਰੇ ਤੇ ਤਰਸ ਆਇਆ। ਮੈਂ ਸੋਚਦਾ ਇਨਸਾਨ ਬਗੈਰ ਫਾਇਦੇ ਤੋਂ ਕੋਈ ਕੰਮ ਹੀ ਨਹੀਂ ਕਰਦਾ, ਕੋਈ ਕਿਸੇ ਨਾਲ ਸਲਾਮ ਦੁਆ ਲੈਂਦਾ ਹੀ ਨਹੀਂ। ਨਹੀਂ ਨਹੀਂ ਪੁੱਤਰ, ਮੈਂ ਚਾਹੁੰਦਾ ਕਿ ਮੈਂ ਦੇਖਿਆ ਕਿ ਤੂੰ ਉੱਥੇ ਰੁਲਣ ਡਿਆ, ਐਡਾ ਸੋਹਣਾ ਤੂੰ ਹੈ, ਮੈਂ ਤੈਨੂੰ ਪੁੱਤਰ ਬਣਾ ਕੇ ਤੇਰਾ ਵਿਆਹ ਕਰ ਦੇਣਾ। ਵਿਆਹ ਕਰਨਾ? ਆਹਾ, ਉਹ ਚੋਂ ਤੈਨੂੰ ਕੋਈ ਪੈਸੇ ਭੇਜਣਗੇ? ਵੱਲ ਵਿਆਹ ਕਰਨ ਚ ਕਿਹੜੇ ਪੈਸੇ? ਕਿੱਥੋਂ ਪੈਸੇ ਆਏ? ਤੈਨੂੰ ਰੋਟੀ ਪਕਾ ਕੇ ਦਿਆਂਗੇ, ਕੱਪੜੇ ਧੋ ਕੇ ਦਿਆਂਗੇ। ਨਹੀਂ ਤੇ ਜ਼ਾੜ, ਜਦੋਂ ਵਿਆਹ ਕਰਾਂਗਾ ਬੁੱਢੀ ਕੱਪੜੇ ਧੋ ਕੇ। ਓਏ ਓਏ ਓਏ, ਆ ਮਾ ਮਾ ਬੇਟਾ, ਮਾਂ ਮਾਂ ਅੱਬਾ ਅੱਬਾ ਅੱਬਾ। ਦੇਖੋ ਕੈਸੀ ਗੱਲ ਹੈ, ਮਾਂ ਤੇ ਮਾਂ, ਮਾਂ ਤੇ ਮਾਂ। ਪੁੱਛ ਕੌਣ? ਕੌਣ? ਤੇਰੀ ਅੰਮਾ ਦਾ ਯਾਰ। ਸਾਲਾ ਸਾਲਾ। ਬੇਟਾ ਤੁਸੀਂ ਇੱਥੇ ਰਹਿਣਾ, ਠੀਕ ਆ, ਤੇ ਤੈਨੂੰ ਮੈਂ ਆਪਣਾ ਪੁੱਤਰ ਬਣਾਉਣਾ, ਚੌਧਰੀਆਂ ਵਾਲੇ ਕੱਪੜੇ ਪਵਾ ਕੇ ਪੂਰੇ ਪਿੰਡ ਦੇ ਵਿੱਚ ਸ਼ਾਨ ਨਾ ਫਰਾਉਣਾ ਮੈਂ ਤੈਨੂੰ, ਠੀਕ ਆ? ਤੂੰ ਇਹਨੂੰ ਅੰਦਰ ਲੈ ਜਾ, ਇਹਨੂੰ ਸ਼ਾਨ ਨਾ ਫਰਵਾਣਾ ਤੇ ਮੈਨੂੰ ਮੋਮਰ ਰਾਣੇ ਨਾਲ ਹੀ ਫੜਾ ਦੋ। ਇਹ ਇਹਨੂੰ ਅੰਦਰ ਲੈ ਜਾ, ਇਹ ਤੇ ਮੇਰੀ ਮਾਂ ਰੰਗ ਤੇ ਹੁੰਦਾ ਹੀ ਨੀ ਜਿਹੜਾ ਤੂੰ ਪਾਇਆ। ਜਾ ਕੰਮ ਕਰ। ਅੱਛਾ ਪਤਾ ਤੇਰੇ ਮੂੰਹ ਤੋਂ ਨਾ ਇਹ ਰੰਗ ਹੋਰ ਨੀ ਸੋਹਣਾ ਲੱਗਦਾ। ਅੱਛਾ ਹਾਂ, ਹੋਰ ਕਿਹੜਾ ਲੱਗਦਾ ਮੈਨੂੰ? ਤੇਰਾ ਮੱਝ ਦੇ ਪੈੜ ਲਗਾ ਮੂੰਹ ਹੀ ਭਾਈ। ਸਾਰੀ ਦਿਹਾੜੀ ਇਹਨਾਂ ਨੂੰ ਕਹੀਏ ਨਾ ਪਾਣੀ ਦਾ ਗਲਾਸ ਪਿਆ ਭਾਜੀ ਮੇਰੇ ਕੋਲੋਂ ਚੁੱਕਿਆ ਨੀ ਜਾਂਦਾ, ਰਾਤ ਨੂੰ ਗਾਡਰ ਚੁੱਕ ਕੇ ਦੌੜ ਪੈਂਦੇ ਨੇ। ਚੋਈ ਸਾਹਿਬ ਮੈਂ ਕਿੱਥੇ ਰਹਿਣਾ? ਤੂੰ ਵੀ ਇੱਥੇ ਹੀ ਰਹਿਣਾ ਬੇਟਾ, ਤੂੰ ਤੂੰ ਅੰਦਰ ਚਲਾ ਜਾ। ਇਹ ਹਵੇਲੀ ਤੁਹਾਨੂੰ ਦੇ ਦਿੱਤੀ। ਅੱਛਾ ਆਹਾ, ਹਵੇਲੀ ਸਾਡੀ? ਆਹੋ ਆ ਮੈਂ ਮਹਾਨ ਹਵੇਲੀ। ਜਾ ਜਾ ਜਾ, ਹਵੇਲੀ ਤੂੰ ਮਹਾਨ ਹੈ। ਆਹ ਤੈਨੂੰ ਪਿੱਛੋਂ ਹਵੇਲੀ ਵਹਾਵਾਂ। ਆਇਆ ਮੈਨੂੰ ਘੱਟ ਤੇ ਘਾਟਾ ਨਜ਼ਰ ਆਉਂਦਾ।
ਮੈਨੂੰ ਇਹ ਫਿਕਰ ਪਈ ਆ ਵੀ ਜਦੋਂ ਮੈਂ ਤੈਨੂੰ ਵਿਆਹਣਾ ਐਵੇਂ ਜਿਹਨਾਂ ਨੂੰ ਮੂੰਹ ਨਹੀਂ ਖੁਲਾਉਂਦਾ ਉਹਨਾਂ ਨੂੰ ਵੀ ਕਹਿਣਾ ਪੈਣਾ ਆਓ ਜੀ ਬਿਸਮਿਲਾ ਆਓ ਜੀ ਬਿਸਮਿਲਾ ਤੇਰੀ ਵਜ੍ਹਾ ਤੋਂ ਹੋਣਾ ਤੇਰੀ ਵਜ੍ਹਾ ਤੋਂ ਮੈਨੂੰ ਕਿੰਨਾ ਫਰਨੀਚਰ ਦੇਣਾ ਪੈਣਾ ਤੇਰੀ ਵਜ੍ਹਾ ਤੋਂ ਮੈਨੂੰ ਕਿੰਨਾ ਜਹੇਜ ਦੇਣਾ ਪੈਣਾ ਤੇਰੀ ਵਜ੍ਹਾ ਤੋਂ ਮੈਨੂੰ ਕਿੰਨੇ ਲੋਕਾਂ ਨੂੰ ਰੋਟੀ ਖਵਾਉਣੀ ਪੈਣੀ ਆ ਤੂੰ ਤਾਂ ਮੈਨੂੰ ਸ਼ਰਮਿੰਦਾ ਕਰਵਾ ਦੇਣਾ ਚੰਗਾ ਭਲਾ ਮੈਂ ਆਪਣੀ ਬੀਵੀ ਨੂੰ ਕਿਹਾ ਸੀ ਕਿ ਪੁੱਤਰ ਜੰਮ ਪੁੱਤਰ ਯਾਨੀ ਕਿ ਚੌਧਰੀ ਨਸੀਰ ਦਾ ਪੁੱਤਰ ਹੋਵੇ ਤੇ ਜਾ ਕੇ ਜਹੇਜ ਲੈ ਕੇ ਆਵੇ ਇੱਥੇ ਮੈਨੂੰ ਦੇਣਾ ਪੈ ਰਿਹਾ ਮੈਨੂੰ ਤੇ ਧਰਿਆ ਸੀ ਬਹੁਤ ਪਾਣਾ ਪਾਪਾ ਜੀ ਨਾ ਇੰਜ ਗੱਲਾਂ ਕਰਿਆ ਕਰੋ ਇੰਜ ਗੱਲਾਂ ਕਰਦੇ ਨਾ ਤੁਸੀਂ ਆਪਣੀ ਕਬਰ ਭਾਰੀ ਕਰਦੇ ਹੋ ਆਪਣਾ ਤੂੰ ਕਿੱਧਰ ਆਇਆ ਲਾਲੂ ਪ੍ਰਸ਼ਾਦ ਕੋਈ ਮੈਂ ਡਰਾਮਾ ਵੇਖਣਾ ਕਰੋ ਤੈਨੂੰ ਅੱਗੇ ਵੀ ਮੈਂ ਕਿਹਾ ਕਿੰਨੀ ਵਾਰੀ ਮੇਰੇ ਸਾਹਮਣੇ ਆਇਆ ਕਰ ਆਪਣੀ ਮਾਂ ਨੂੰ ਦੱਸ ਦਿਆ ਕਰ ਜਿਹੜੀ ਚੀਜ਼ ਤੈਨੂੰ ਚਾਹੀਦੀ ਹੈ ਇੰਨੀ ਨਫ਼ਰਤ ਤੇ ਕੋਈ ਵੈਰਾ ਤੋਂ ਨਹੀਂ ਕਰਦਾ ਜਿੰਨੀ ਤੁਸੀਂ ਆਪਣੀ ਧੀ ਤੋਂ ਕਰਦੇ ਹੋ ਮੈਨੂੰ ਮਾਫ ਕਰ ਦੇ ਪੁੱਤਰ ਗੱਲ ਤੂੰ ਵਾਕਈ ਸਹੀ ਕੀਤੀ ਹੈ ਮੈਂ ਤੇਰੇ ਕੋਲ ਇੰਨੀ ਨਫ਼ਰਤ ਕਿਉਂ ਕਰਦਾ ਹਾਂਜੀ ਤੂੰ ਤਾਂ ਮੇਰੀ ਧੀ ਹੈ ਦਗਾ ਉਹ ਚਲ ਓਏ ਬਾਬਾ ਜੀ ਬਦਤਮੀਜ਼ਾ ਕਿਉਂ ਧੱਕੇ ਦੇ ਰਿਹਾ ਮੇਰੇ ਵੱਲ ਨੂੰ ਓਏ ਤੇਰੀ ਭਤੀਜੀ ਆ ਓਏ ਹੈਂ ਤੇਰੀ ਭਤੀਜੀ ਆ ਇਹ ਭਤੀਜੀ ਹਾਂ ਮੇਰੀ ਧੀ ਹੈ ਹਾਂ ਹੋਰ ਮੇਰੀ ਇਹ ਧੀ ਹੈ ਮੈਂ ਸਹੀ ਕਹਿੰਦਾ ਸਾਂ ਨਾ ਤੇਰੀ ਬੀਵੀ ਨਹੀਂ ਮੇਰੀ ਹੈ ਓਏ ਕੈਸਾ ਬੇਗੈਰਤ ਆਦਮੀ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਕਿੱਥੇ ਚਲਾ ਜਾਵੇ ਬੰਦਾ ਮੈਂ ਤੇ ਸੋਚਿਆ ਕਿ ਵੀ ਓ ਚੁਦਰਾਣੀ ਜਲਦੀ ਜਲਦੀ ਤਿਆਰ ਕਰ ਬਸ ਚੋਈ ਸਾਹਿਬ ਉਹ ਸੇਠ ਸਾਹਿਬ ਆ ਗਏ ਨੇ ਸੇਠ ਸਾਹਿਬ ਆ ਗਏ ਹਾਂਜੀ ਕੀ ਨਾਮ ਕੀ ਉਹਨਾਂ ਦਾ ਸੇਠ ਸ਼ਕੂਰ ਸੇਠ ਸ਼ਕੂਰ ਹਾਂਜੀ ਆ ਜੀ ਆਓ ਬਿਸਮਿਲ੍ਲਾ ਜੀ ਆਓ ਬੁਲਾਓ ਜੀ ਆ ਜਾਓ ਆ ਜਾਓ ਆ ਜਾਓ ਬੜੀ ਮਿਹਰਬਾਨੀ ਜਿੰਨੇ ਮਾਸਟਰ ਹੋ ਅੱਲਾ ਖੈਰ ਕਰੇ ਬੜੀ ਮਿਹਰਬਾਨੀ ਸਰ ਸ਼ੁਕਰੀਆ ਸੇਠ ਸ਼ਕੂਰ ਅੰਬਾਲਾ ਜੀ 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 ਅੰਬਾਲਾ ਸੇਠ ਸ਼ਕੂਰ ਆਪਣਾ ਪੰਜਾਬ ਤੋਂ ਲੈ ਕੇ ਯੂਕੇ ਤੱਕ ਇਹ ਜਿੰਨਾ ਅੰਬ ਚੂਪਿਆ ਜਾਂਦਾ ਸਾਡਾ ਅੰਬ ਚੂਪਿਆ ਜਾਂਦਾ ਅੱਛਾ 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 ਹਾਂਜੀ ਚੂਪਾਂਗੀ ਅੰਬ ਲੰਗੜਾ ਇਹ ਕਿਹਨੇ ਕੀਤਾ ਕਿਹਨੇ ਕੀਤਾ ਇਹ ਤੁਸੀਂ ਦੱਸਣਾ ਜਨਾਬ ਬਹੁਤ ਜ਼ਿਆਦਾ ਸੇਠ ਅੰਬਾਲਾ ਜਨਾਬ ਪੂਰੀ ਦੁਨੀਆ 'ਚ ਮਸ਼ਹੂਰ ਹੈ ਜਨਾਬ ਪੰਜਾਬ ਤੋਂ ਲੈ ਕੇ ਯੂਕੇ ਤੱਕ ਜਿੰਨਾ ਅੰਬ ਚੂਪਿਆ ਜਾਂਦਾ ਸਾਡਾ ਚੂਪਿਆ ਜਾਂਦਾ ਠੀਕ ਹੈ ਠੀਕ ਹੈ ਮੰਨ ਗਏ ਜਨਾਬ ਬੜੀ ਗੱਲ ਹੈ ਜੀ ਬੜਾ ਵੱਡਾ ਬਿਜ਼ਨਸ ਵੈਸੇ ਮਾਫੀ ਚਾਹਨਾ ਤੁਹਾਡਾ ਜਾਰੀ ਅੰਬਰ ਦਾ ਮੂੰਹ ਹੈ ਕੀ ਵਜ੍ਹਾ ਲੈ 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 ਤੁਹਾਨੂੰ ਨਹੀਂ ਪਤਾ ਮੈਂ ਬੜਾ ਭੈ ਆਸਮ 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 ਸੇਠ ਸ਼ਕੂਰ ਜਨਾਬ ਅੱਛਾ ਜੀ ਹਾਂ ਜੀ ਚੂਪਾਂਗੀ ਅੰਬ ਲੰਗੜਾ ਇਹ ਵੀ ਤੁਹਾਡੇ ਬਾਗ 'ਚ ਬਣਿਆ ਇਹ ਵੀ ਸਾਡੇ ਬਾਗ 'ਚ ਬਣਿਆ ਜਨਾਬ ਪੰਜਾਬ ਤੋਂ ਲੈ ਕੇ ਤੇ ਆਪਣਾ ਯੂਕੇ ਤੱਕ ਜਿੰਨਾ ਵੀ ਅੰਬ ਸਾਡਾ ਚੁੱਪਿਆ ਜਾਂਦਾ ਜਨਾਬ ਬੜੀ ਗੱਲ ਹੈ ਜੀ ਬੜੀ ਗੱਲ ਹੈ ਮੈਂ ਜਨਾਬ ਇੱਥੇ ਆਇਆ ਆਪਣੀ ਬੇਟੀ ਦਾ ਰਿਸ਼ਤਾ ਕਰਨ ਵਾਸਤੇ ਅੱਛਾ 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 ਤੁਸੀਂ ਵੀ ਮੈਨੂੰ ਬੜੇ ਭੈ ਆਸਮ ਆਸਮ ਗੁੱਸਾ ਨਹੀਂ ਕਰਨਾ ਮੇਰਾ ਤਖੱਲਸ ਹੈਗਾ ਹਾਂਜੀ ਬੜੀ ਮਿਹਰਬਾਨੀ ਜਨਾਬ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਲੱਗਦਾ ਜਿੰਨਾ ਤੁਸੀਂ ਉੱਚਾ ਰਹੇ ਹੋ ਤੁਸੀਂ ਵੀ ਅੰਬ ਚੂਪੇ ਆ ਤੁਸੀਂ ਸੇਠ ਸਾਹਿਬ ਗੱਲ ਨਹੀਂ ਸਮਝੇ ਜੀ 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 ਤੁਹਾਡੇ ਆਉਣ ਤੇ ਮੈਨੂੰ ਖੁਸ਼ੀ ਹੈ ਹੋਣੀ ਹੈ ਜਨਾਬ ਹੋਣੀ ਹੈ ਇਸੇ ਅਮੀਰ ਆਦਮੀ ਤੁਸੀਂ ਸੇਠ ਅੰਬਾ ਵਾਲਾ ਜਨਾਬ ਹਾਂ ਜੀ ਹਾਂ ਜੀ ਮੈਂ ਇੱਥੇ ਰਿਸ਼ਤਾ ਕਰਨ ਆਇਆ ਦਾਦਾ ਸਾਹਿਬ ਮੇਰੇ ਸ਼ਰੀਕਾਂ ਦੇ ਮੈਨੂੰ ਮਿਹਣਾ ਮਾਰਿਆ ਕੀ ਮੈਂ ਦੋ ਬੱਚੇ ਦੀਆਂ ਮੰਗਣੀਆਂ ਤੋੜ ਬੈਠਾ ਅੱਛਾ ਉਹ ਮੇਰੀ ਦੌਲਤ ਤੇ ਨਜ਼ਰ ਆ ਗਏ ਨੇ ਤੁਹਾਨੂੰ ਪਤਾ ਅੰਬਾ ਦਾ ਕਾਰੋਬਾਰ ਉਸੇ ਹੁੰਦਾ ਅੰਬਾ ਦਾ ਜਿਹੜਾ ਕਾਰੋਬਾਰ ਉਹ ਤੋਂ ਪੈਸਾ ਬਹੁਤ ਹੁੰਦਾ ਇਸ ਲਈ ਉਹ ਚਾਹੁੰਦੇ ਨੇ ਕਿ ਅਸੀਂ ਉਹਦੀ ਜਾਇਦਾਦ ਤੇ ਕਬਜ਼ਾ ਕਰ ਲਈਏ ਲੇਕਿਨ ਮੈਨੂੰ ਪਤਾ ਲੱਗਾ ਕਿ ਤੁਹਾਡਾ ਇੱਕ ਬੇਟਾ ਹੈ ਉਹ ਬੜਾ ਅੱਛਾ ਖੁਸ਼ਬਖਤ ਹੈ ਹਜ਼ਰਤ ਹੈ ਮੈਂ ਆਪਣੀ ਬੱਚੀ ਜਨਾਬ ਤੁਹਾਨੂੰ ਦੇਣ ਦਾ ਵਾਅਦਾ ਕਰ ਦਿੱਤਾ ਬੜੀ ਮਿਹਰਬਾਨੀ ਉਹ ਤੋਂ ਆ ਮੈਨੂੰ ਲੈ ਕੇ ਆਏ ਨੇ ਇਹ ਕਾਮੋਕੀ ਦਾ ਮੰਤਲੀ ਲੈ ਕੇ ਆਇਆ ਮੈਨੂੰ ਇੱਥੇ ਨਹੀਂ ਕਾਮੋਕੀ ਦਾ ਮੰਤਲੀ ਨਹੀਂ ਜਨਾਬ ਹਾਂਜੀ ਹਾਂਜੀ ਇਹ ਮੇਰਾ ਦੋਸਤ ਹੈ ਰਿਸ਼ਤੇ ਰੁਸ਼ਤੇ ਕਰਾਉਂਦਾ ਨਾ ਮੁਲਤਾਨ ਵਾਲੀ ਸਾਈਡ ਤੇ ਜਿੱਤੇ ਜਾਓ ਸੇਠ ਸ਼ਕੂਰ ਦਾ ਨਾਮ ਲਵੋ ਜਨਾਬ ਕੋਈ ਮਾਮੂਲੀ ਕਾਰੋਬਾਰ ਨਹੀਂ ਇਹ ਫਲਾਂ ਦਾ ਬਾਦਸ਼ਾਹ ਕੌਣ ਹੈ ਅੰਬ ਤੇ ਫਿਰ ਉਹ ਹੀ ਵੇਚਦਾ ਜੇ ਮੈਂ ਚੁੱਪੋਗੇ ਚੁੱਪੋਗੇ ਦੱਸੋ ਸ਼ਰਮਾਓ ਨਾ ਸਮਝੀ ਵੀ ਹੋ ਅੰਬ ਵੀ ਚੁੱਪੋ ਪੂਰੀ ਬਰਾਤ ਨੂੰ ਅੰਬ ਦੇਣੇ ਨੇ ਪੇਟੀਆਂ ਦੇਾਂਗੇ ਜੀ ਹਾਂਜੀ ਹਾਂਜੀ ਹਾਂ ਚਲੋ ਛੱਡੋ ਪਰੇ ਅੰਬ ਨੂੰ ਹੁਣ ਤੁਸੀਂ ਇਹ ਦੱਸੋ ਜਹੇਜ 'ਚ ਕੀ ਦਿਓਗੇ ਤੁਹਾਡੇ ਘਰ ਗੈਰ ਮੁਸਲਮ ਲੋਕ ਵੀ ਫਿਰਦੇ ਨੇ ਜਨਾਬ ਮੈਂ ਆਪਣੀ ਬੇਟੀ ਨਹੀਂ ਇੱਥੇ ਵਿਆਹਾਂਗਾ ਸਰ ਕਿਉਂ ਮੈਂ ਇਹਨੂੰ ਪਛਾਣ ਲਿਆ ਇਹ ਤੇ ਇੰਡੀਆ ਦਾ ਕਿਸਾਨ ਹੈ ਜਿਨ੍ਹਾਂ ਨੇ ਅੱਜ ਕੱਲ੍ਹ ਮੋਦੀ ਦੀ ਭੈਣ ਕੱਢੀ ਹੈ ਚੌਧਰੀ ਸ਼ਕੂਰ ਅੰਬਾਲਾ ਹੈ ਜੀ ਚੌਧਰੀ ਸ਼ਕੂਰ ਅੰਬਾਲਾ ਜੀ ਜਨਾਬ ਪੰਜਾਬ ਤੋਂ ਲੈ ਕੇ ਯੂਕੇ ਤੱਕ ਜਿੰਨਾ ਅੰਬ ਚੂਪਿਆ ਜਾਂਦਾ ਹੈ ਅੱਲਾ ਦੀ ਮਿਹਰਬਾਨੀ ਨਾਲ ਸਾਡਾ ਤਾਂ ਇਹ ਚੂਪਿਆ ਜਾਂਦਾ ਜਨਾਬ ਅੰਬ ਛੱਡ ਦਿਓ
ਹੁਣ ਤੁਸੀਂ ਘੜੀ ਕ ਮਗਰੋਂ ਉਹੀ ਗੱਲ ਕਰੀ ਜਾ ਰਹੇ ਹੋ ਜਨਾਬ ਅੰਬ ਯੂਕੇ ਤੋਂ ਲੈ ਕੇ ਤੇ ਪੰਜਾਬ ਸਾਹਿਬ ਜਿਹੜਾ ਸਾਡਾ ਕਾਰੋਬਾਰ ਹੈ ਤੁਸੀਂ ਗੁੱਸਾ ਕਿਉਂ ਕਰਦੇ ਹੋ ਤੁਸੀਂ ਨਹੀਂ ਚੁੱਪਣਾ ਨਾ ਚੁੱਪੋ ਨਹੀਂ ਨਹੀਂ ਮੈਂ ਵੈਸੇ ਗੱਲ ਕਰ ਰਿਹਾ ਅਸੀਂ ਹੋਰ ਵੀ ਗੱਲ ਕਰੀਏ ਕੋਈ ਦੇ ਦੇ ਤੁਸੀਂ ਕੱਟ ਕੇ ਖਾ ਲਓ ਨਹੀਂ ਨਹੀਂ ਮੈਨੂੰ ਲੱਗਣ ਲੱਗ ਗਿਆ ਕਿ ਵੀ ਇਹ ਮੇਰੀ ਛੇੜ ਹੈ ਤੁਹਾਡੀ ਤੁਹਾਨੂੰ ਨਹੀਂ ਪਤਾ ਮੇਰੇ ਕਿੰਨੇ ਕਿੰਨੇ ਗਾਣੇ ਮਸ਼ਹੂਰ ਹੋਏ ਨੇ ਮੇਰੇ ਬਾਗਾਂ 'ਚ ਅੱਛਾ ਉਹ ਵੀ ਅਤਾਉਲਾ ਨੇ ਮੇਰਾ ਹੀ ਗਾਣਾ ਗਾਇਆ ਕਿਹੜਾ ਆ ਵੇ ਅੰਬੇ ਲੰਗੜਾ ਅੰਬੇ ਜਿਹੜਾ ਕਿਤੇ ਸਮੇਂ ਜਾਂਦਾ ਲੰਘੇ ਉਹ ਮੇਰੀ ਗੱਲ ਬਾਤ ਤੋਂ ਹੈ ਜਨਾਬ ਅੱਛਾ ਇਹ ਤੇ ਅਤਾਉਲਾ ਨੇ ਗਾਣਾ ਗਾਇਆ ਹਾਂ ਜੀ ਹਾਂ ਜੀ ਤੇ ਉਹ ਪੱਕ ਗਈਆਂ ਅੰਬੀਆਂ ਵੀ ਤੁਹਾਡੀ ਕਿਸੇ ਬੱਚੀ ਨੇ ਗਾਇਆ ਜਨਾਬ ਬੱਚੀਆਂ ਨੇ ਕੀ ਬਕਵਾਸ ਕਰ ਰਹੇ ਹੋ ਤੁਸੀਂ ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਕਿ ਚੁੱਪਾਂਗੀ ਅੰਬ ਲੰਗੜਾ ਇਹ ਵੀ ਮੇਰੇ ਬਾਗ 'ਚ ਹੋਇਆ ਮੈਂ ਚੁੱਪਣਾ ਨਹੀਂ ਜੀ ਥੋੜ੍ਹਾ ਜਿਹਾ ਪੋਲਾ ਕਰਾਉਣਾ ਆਪਣੀ ਬੱਚੀ ਨੂੰ 50 ਲੱਖ ਰੁਪਈਆ ਦੇਣਾ ਤਾਂ ਕਿ ਮੇਰਾ ਦਮਾਦ ਆਪਣੀ ਮਰਜ਼ੀ ਦੀ ਗੱਡੀ ਲਵੇ ਆਪਣੀ ਮਰਜ਼ੀ ਦੀ ਕੋਠੀ ਲਵੇ ਆਪਣੀ ਮਰਜ਼ੀ ਦਾ ਬੈਂਕ ਬੈਲੈਂਸ ਇਹਨੇ ਮਰਜ਼ੀ ਬੈਂਕ 'ਚ ਰੱਖੇ ਤਾਂ ਕਿ ਉਹ ਅਮੀਰ ਹੋਵੇ ਮੇਰੀ ਬੱਚੀ ਭੁੱਖੀ ਨਾ ਮਰੇ ਲੇਕਿਨ ਗਰੰਟੀ ਤੁਸੀਂ ਇਹ ਦੇਵੋਗੇ ਕਿ ਮੇਰੀ ਬੱਚੀ ਨੂੰ ਅੱਜ ਕੋਈ ਤਕਲੀਫ ਨਹੀਂ ਹੋਏਗੀ ਤਕਲੀਫ ਨਹੀਂ ਹੋਏਗੀ ਲੇਕਿਨ ਇੱਕ ਗਰੰਟੀ ਤੁਸੀਂ ਮੈਨੂੰ ਦਿਓਗੇ ਹਾਂ ਤੁਸੀਂ ਜਿਹੜਾ ਚੈੱਕ 50 ਲੱਖ ਦਾ ਦੇਣਾ ਤੁਸੀਂ ਮੇਰੇ ਨਾਂ ਤੇ ਦੇਣਾ ਭਾਈ ਜਾਨ ਤੁਸੀਂ ਕੀ ਸਮਝਦੇ ਹੋ ਇਸ ਲਈ ਹਾਂਜੀ ਇਹ ਬੱਚੇ ਪੈਸੇ ਜ਼ਾਇਆ ਕਰ ਦਿੰਦੇ ਨੇ ਉਹ ਜਨਾਬ ਅਸੀਂ ਤੁਹਾਨੂੰ ਹੀ ਦਵਾਂਗੇ ਅਸੀਂ ਜੇਬ 'ਚ ਲਈ ਫਿਰਨੇ ਆ 50 ਲੱਖ ਰੁਪਏ ਦਾ ਚੈੱਕ ਦੇਖੋ ਵਾਹ ਜੀ ਵਾਹ 50 ਲੱਖ ਹੀ ਹੈ ਇਹ ਉਦੋਂ ਦਵਾਂਗਾ ਜਦੋਂ ਬੱਚੀ ਚੋਰਾਂਗਾ ਤੁਹਾਡਾ ਕੀ ਪਤਾ ਤੁਸੀਂ ਆਪਣੇ ਅੰਬ ਦੇ ਬਾਗ ਪਾ ਲਵੋ ਅਸੀਂ ਵੀ ਕਿਹਨੂੰ ਛੁਪਾਉਣੇ ਨੇ ਬੱਚਾ ਤੇ ਸਾਨੂੰ ਪਹਿਲੀ ਲੁਕਤੀ ਅੱਛਾ ਲੱਗਿਆ ਬਾਬੇ ਨੂੰ ਅੰਬਾਲਾ ਮਾਲਾ ਉਹ ਪਿਆਰ ਨਾਲ ਕਹਿੰਦਾ ਬੱਚਾ ਜੌਲੀ ਬਹੁਤ ਹੈ ਇਹ ਕੌਣ ਹੈ ਰੇਲਵੇ ਦਾ ਗੱਦਾਰ ਇਹ ਇਹਦਾ ਦੋਸਤ ਹੈ ਤੇ ਇਕੱਠੇ ਫਿਰਦੇ ਰਹਿੰਦੇ ਆ ਕੀ ਹਾਲ ਹੈ ਜਨਾਬ ਮੈਂ ਠੀਕ ਜੀ ਸ਼ਕੂਰ ਜੀ ਸ਼ਕੂਰ ਅੰਬਾਲਾ ਚੁੱਪਾਂਗੀ ਅੰਬ ਲੰਗੜਾ ਇਹ ਮੇਰੇ ਬਾਗ ਤੋਂ ਹੋਇਆ ਗਾਣਾ ਜਨਾਬ ਗਾਈ ਜਾਓ ਜੀ ਅੱਛਾ ਜੀ ਮੈਨੂੰ ਜਾਣਦਾ ਨੀ ਤੇਰੇ ਵਰਗੇ ਬੰਦੇ ਮੈਂ ਮੁੱਲ ਲੈ ਕੇ ਨਾ ਮਾਰ ਦਿੰਦਾ ਹੁੰਦਾ ਸੇਠ ਸ਼ਕੂਰ ਅੰਬਾ ਦਾ ਮੇਰਾ ਨਾਂ ਹੈ ਮੈਂ ਤੈਨੂੰ ਦੱਸਾਂ ਪੰਜਾਬ ਤੋਂ ਲੈ ਕੇ ਯੂਕੇ ਤੱਕ ਪੰਜਾਬ ਤੋਂ ਲੈ ਕੇ ਸੂਕੇ ਤੱਕ ਜਾਂਦੇ ਨੇ ਤੁਹਾਡੇ ਅੰਬ ਰੌਲਾ ਮੁਕਾ ਦੇ ਹੁਣ ਅਗਲੀ ਗੱਲ ਵੀ ਕਰ ਲਈਏ ਆ ਭਾਈ ਕੌਣ ਹੈ ਜਿਹਦਾ ਡੁੱਲੀ ਐਸਕਰੀਮ ਵਰਗਾ ਮੂੰਹ ਹੈ ਪੁੱਤਰ ਉਹ ਚਾ ਕੋਈ ਜ਼ਿਆਦਾ ਜੋਲੀ ਹੈ ਉਹ ਉਹਨੇ ਤੇਰਾ ਰਿਸ਼ਤਾ ਕਰਾਇਆ ਰਿਸ਼ਤਾ ਇਹ ਨਹੀਂ ਕਰਾਇਆ ਲਓ ਜੀ ਮੈਂ ਰਿਸ਼ਤਾ ਕਰਾਇਆ ਜੀ ਓਏ ਤੇ ਬੰਦਾ ਮੈਂ ਸਮਝੇ ਕੋ ਖਾਲਾ ਖਲੋਤੀ ਦੇਖੋ ਮੇਰੀ ਗੱਲ ਸੁਣੋ ਇਹ ਵਿਚੋਲਾ ਹੈ ਤੁਸੀਂ ਜਿਹੜਾ ਅੰਬਾਂ ਦਾ ਕਾਰੋਬਾਰ ਹੈ ਕੀ ਮੇਰਾ ਅੰਬਾਂ ਦਾ ਕਾਰੋਬਾਰ ਹੈ ਤੁਹਾਡੇ ਇਲਾਕੇ ਦੀ ਜ਼ੰਜੀਰ ਵੇਚਦਾ ਕੀ ਵੇਚਦਾ ਜਿਹੜੀਆਂ ਗਲਾਸਾਂ ਨਾਲ ਬੰਨੀ ਦੇ ਜ਼ੰਜੀਰ ਅੱਛਾ ਅੱਛਾ ਉਹ ਮੈਂ ਕਿਹਾ ਪਤਾ ਨਹੀਂ ਦੂਜੇ ਕਹਿੰਦੇ ਮੇਰੀ ਗੱਲ ਸੁਣੋ ਜਿੱਦਾਂ ਸੁਣੋ ਤੁਹਾਡਾ ਮੁੰਡਾ ਨਾ ਕੋਈ ਡੇਟ ਦੀ ਕੈਦ ਨਹੀਂ ਤੁਸੀਂ ਬਸ ਇਹਨੂੰ ਸਿਹਰੇ ਬੰਨ ਕੇ ਮੈਨੂੰ ਅੱਧਾ ਘੰਟਾ ਪਹਿਲੇ ਫੋਨ ਕਰਨਾ ਅਸੀਂ ਬੰਨ ਲੈ ਤੁਸੀਂ ਸਮਝ ਰਹੇ ਹੋ ਅਸੀਂ ਤੁਹਾਨੂੰ ਫੋਨ ਵੀ ਕਰ ਦਿੱਤਾ ਤੁਸੀਂ ਬੱਚੀ ਤਿਆਰ ਕਰੋ ਅਸੀਂ ਨਿਕਾਹ ਕਰਾ ਬੱਚੀ ਤਿਆਰ ਹੈ ਮੈਂ 50 ਲੱਖ ਦਾ ਚੈੱਕ ਜੇਬ 'ਚ ਪਾਈ ਬੈਠਾ ਤੂੰ ਕੋਈ ਮੈਨੂੰ ਮਾਮੂਲੀ ਸਮਝਣਾ 50 ਲੱਖ ਰੁਪਈਆ ਐ ਦੇਖੋ ਯਾਰ ਉਹ ਕਿੱਡਾ ਵੱਡਾ ਭਾਈ ਹੈ ਤੇਰੀ ਮਿਹਰਬਾਨੀ ਹੈ ਮੈਂ ਤੇਰੀ ਬੜੀ ਕਦਰ ਕਰਨਾ ਸ਼ੁਕਰੀਆ ਬੇਟਾ 50 ਲੱਖ ਹੀ ਦੇਤਾ ਉਹਨੇ ਪਿੱਛੇ ਕੀ ਰੱਖਿਆ ਨਹੀਂ ਬੇਟਾ ਇਹਨੇ ਆਪਣੀ ਜੇਬ ਦਾ ਟੁਕੜਾ ਦੇਤਾ ਉਹਨੇ ਪਿੱਛੇ ਕੀ ਰੱਖਿਆ ਉਹ ਜੇਬ ਇਸੇ ਸੇਠ ਸਾਹਿਬ ਪੂੜੀ ਭਾਵੇਂ ਨਾ ਦਿਓ ਬਸ ਠੀਕ ਆ ਹੈ ਉਹ ਨਹੀਂ 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 ਗੈਰਤਮੰਦ ਵਾਸਤੇ ਇੰਨਾ ਹੀ ਬੜਾ 50 ਲੱਖ ਰੁਪਇਆ ਆ ਗਿਆ
यार बच्चे ने तो मसाल ही कुछ कर रुपया देता जिस बंदे ने पुत्र जी ने पैसा पढ़ाया तन हुंदा ही उनी बेटा बेटी ने पढ़ाया तन हुंदियां ने बच्चा बहुत जोली है लेकिन मेनू अपना से को देने जितियां पढ़ाया तन हुंदी जेहज वास्ते मेनू ओ बच्चा बहुत पसंद है क्योंकि एक मामूली दिमाग नहीं होना शेख शकूर दा दिमाग बनना जेदा पंजाब तो लेके यूके तक तक जांदा अंबा जांदा अंबा का जनाब ਵੇਖਦਾ ਹੋਏਗਾ ਸਾਡੇ ਸਾਡੀ ਜੁੱਤੀ ਨੂੰ ਜੇ ਤੇਰਾ ਅੰਬ ਵੇਖਦਾ ਹਰ ਬੰਦਾ ਹੀ ਤੇਰਾ ਅੰਬ ਖਾਂਦਾ ਹੈ ਜਾ ਚਲਾ ਜਾ ਭਾਈ ਆ ਰਹੇ ਅਸੀਂ ਬਰਾਤ ਲੈ ਯਾਰ ਤੂੰ ਅਨਵਰ ਟੋਰ ਚੂਪ ਲੈ ਤੂੰ ਕਿਉਂ ਏਡਾ ਕਿੱਲਾ ਲੈ ਮੈਂ ਕਿਹਾ ਚੋਈ ਸਾਹਿਬ ਹਾਂ ਇਹਨਾਂ ਕੋਲ ਇੱਕੋ ਹੀ ਬੱਚੀ ਸੀ ਕੀ ਬਾਤ ਮੇਰਾ ਭਰਾ ਜਿਹੜਾ ਯਾਰ ਸੀ ਇਕੱਠੇ ਹੀ ਜੰਮੇ ਭਲੇ ਆ ਇਕੱਠੇ ਰੋਟੀਆਂ ਖਾਧੀਆਂ ਵਿਆਹ ਵੀ ਸਾਡਾ ਇਕੱਠਾ ਕੇ ਹੀ ਕਰਾ ਦਿਓ ਚੱਲ ਕੋਈ ਗੱਲ ਨਹੀਂ ਹੁਣ ਮੈਨੇਜ ਕਰਦਾ ਹੀ ਕਿੱਥੇ ਵੀ ਕਰਾ ਦੇ ਕੁੜੀ ਨਾਲ ਐਡਾ ਭੋਲਾ ਕਿਉਂ ਬਣਦਾ ਆਪਣੀ ਵਾਰੀ ਤੋਂ ਚਲੋ ਆਓ ਚਲਾ ਅੰਦਰ ਤਿਆਰੀਆਂ ਕਰੀਏ ਅੰਮਾ ਤੂੰ ਇਹਦੇ ਨਾਲ ਹੀ ਸਾਡੀ ਜ਼ਿੰਦਗੀ ਕੱਢ ਦਿੱਤੀ ਬੜੀ ਭੋਲੀ ਹੈ ਤੂੰ ਕੀ ਹੋਇਆ ਪੁੱਤਰ ਮੇਰੇ ਘਰ ਤੋਂ ਨਹੀਂ ਗਿਆ ਹੈਂ ਤਿਆਰੀਆਂ ਕਰੋ ਹੁਣ ਸ਼ਾਦੀ ਦੀਆਂ ਮੈਂ ਵੀ ਆ ਕੇ ਹਰੀ ਘਰ ਜਾ ਕੇ झूठ बोल के मुंडा ब्याह रहे ने जे पता लग गया के झूठ बोलिया ते बड़ा अजाब आईगा चौधरियां दी गल्लां सी कामे सानू नहीं सोचना चाहिए तेनू क्या लाइटा का इंतजाम करी की थी? ओ हवेली ते लाउण लई ਉਹ 2 ਲੱਖ ਰੁਪਇਆ ਮੰਗ ਰਿਹਾ ਸੀ ਲਾਈਟਾਂ ਵਾਲਾ ਫਿਰ ਮੈਂ ਲਿਆਂਦਾ 1000 ਰੁਪਏ ਦਾ ਪੈਟਰੋਲ ਮੈਂ ਕਿਹਾ ਹਵੇਲੀ ਨੂੰ ਅੱਗ ਲਾਓ ਦੂਰੋਂ ਜਗਮਗ ਹੁੰਦੀ ਵੀ ਨਜ਼ਰ ਆਏ ਕੀ ਹੋਇਆ ਆਹੋ ਤੇ ਯਾਰ ਗੱਲ ਸੁਣ ਹਾਂ ਮਹਿਮਾਨ ਆ ਰਹੇ ਨੇ ਬਹੁਤ ਜ਼ਿਆਦਾ ਠੀਕ ਹੈ ਖਾਣਾ ਪੂਰਾ ਪਕਾਣਾ ਖਾਣਾ ਘਟਣਾ ਨਹੀਂ ਚਾਹੀਦਾ ਘਟਣਾ ਨਹੀਂ ਚਾਹੀਦਾ ਉਹ ਜਦੋਂ ਪਕੜਾ ਹੀ ਨਹੀਂ ਤਾਂ ਘਟਣਾ ਕਿੱਥੋਂ ਮੈਂ ਤੇ ਉਹਨਾਂ ਦੀ ਜੰਜ ਤੇ ਪੈਸੇ ਵੀ ਲੁੱਟਣੇ ਨੇ ਕਿਵੇਂ ਕਿਉਂਕਿ ਉਹ ਜਿਵੇਂ ਲੁੱਟੀ ਦੇ ਮੈਂ ਉਲਟ ਬਾਜ਼ੀ ਲਾ ਕੇ ਲੁੱਟਣੇ ਨੇ ਮਰੇ ਕਿਵੇਂ ਲੁੱਟੀ ਦੇ ਹੋਵੇ ਅੱਛਾ ਉਵੇਂ ਲੁੱਟੇਗਾ ਇਹ ਤੇਰੀ ਅੰਮੀ ਹਾਂ ਇਹ ਤੇਰੀ ਵਾਲਦਾ ਨੇ ਗੱਲ 'ਚ ਸਾਫਾ ਪਾਇਆ ਕਿ ਬੰਦਿਆਂ 'ਚ ਨਾ ਰਲ ਜਾਏ ਤੇਰੀ ਬੁੱਢੀ ਲਤੀਫੇ ਵੀ ਸੁਣਾਉਂਦੀ ਯਾਰ
लाड़े सनाई गल्लां चों गल्लां निकलदियां। अच्छा बात है। अच्छा पुत्र सुहाग रात है, चलो अंदर चलो। तेनू इस गल का बड़ा नुकसान होना है। क्यों? वो ताडे जदों घर वड़ के ना उन्हें निकलना भी फिर देड़ बाद ही है। उन्हें कहना एक मिनट ठहर जा मैं जाना। यहो जो साईं किसी की फौतगी का सुनिया देन जावे ना बुद्ध नू बंदा मरदा ते तवार नू जाके कहना ओ मर गया जे। ऐसे एडा पागल आदमी ते भी नहीं पता फौतगी ते जाके गल किसला करी दी है। बंदा बहुत होए बंदे लेके कहंदा ना देखो यार किसला मुस्कुरांदा चेहरा ए वेख के कहंदा ओए खुश है खुश है। देखो मेरी गल सुनो और तुसी पागल नहीं गल च नहीं आना ओने मेरे उते हाथ भी पा दे। नहीं ओ वैसे पागल है पागल है। हां ओ पागल भी बड़ा अजीब होया। ਉਹਦੀ ਬੱਚੀ ਜਿਹੜੀ ਹੈ ਨਾ ਉਹ ਹਰ ਵੇਲੇ ਕਹਿੰਦੀ ਰਹਿੰਦੀ ਸੀ ਬਾਬਾ ਜੀ ਸਿਆਲਕੋਟ ਬਾਬਾ ਜੀ ਮੰਮੀ ਕਹਾਂ ਮਾਈ ਨੂੰ ਮੈਂ ਕਿਤੜੇ ਵੇਖਿਆ ਉਹ ਜਿਹੜੀ ਕਹਿੰਦੀ ਬਾਬਾ ਜੀ ਪਗੜੀਆਂ ਉਹ ਨਾਲ ਨੀ ਵੇਖਿਆ ਜਿਹੜਾ ਖਲੋਤਾ ਬੋਲੇ ਉਹ ਨਾਲ ਇਹ ਉਹੀ ਜਿਹੜਾ ਕਹਿੰਦਾ ਨੋ 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 कुछ नी हुंदा पहले तेनू ओ डराएगा फिर तू डराई इस तरह ही अल्लाह गोदरी कर देगा। नहीं तुसे मेनू अंदर भेजन दियो मेनू ये दसो तुहाडी भैन गई सी ते सुहाग रात नू ही सिद्धी हो गई। नहीं नहीं मेरी भैन भावे भैन होवे भावे मां होवे ए रस्मां करनी ही पैंदी है। अच्छा भैन भी जांदी है मां भी जांदी है। हां जा फिर ओ हो ओ क्या तो नहीं यार कुछ नहीं हुंदा तुहाडा भरा गया सी ਮੈਂ
ਨਾ ਮੈਂ ਸੌ ਜਾਗਾ ਕਮਰਾ ਚਲਾ ਮੁੱਕ ਜਾਏ ਯਾਰ ਬੋਲੋ ਕੋ ਕਹਿੰਦੇ ਕੁਛ ਨਹੀਂ ਹੁੰਦਾ ਇਹਨੂੰ ਹੀ ਨਾ ਹੁੰਦਾ ਹਾਂ ਆ ਜਾ ਜਾ ਚੱਲ ਜਾ 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 ਜਲਦੀ ਆ ਜਾ ਸਾਰੇ ਆ ਜਾ ਸਾਰੇ ਆ ਓ ਚੱਲ ਯਾਰ ਲੈ ਕੇ ਚੱਲ ਬੋਲੇ ਹਾਂਜੀ ਸ਼ਹਿਜ਼ਾਦੇ ਤੇਰਾ ਵਿਆਹ ਹੋ ਗਿਆ ਹੁਣ ਸੁਹਾਗ ਰਾਤ ਤੇ ਸਾਨੂੰ ਮਨਾ ਲੈਂਦੇ ਯਾਰ ਹੈ ਆ ਹੁੰਦਾ ਹੀ ਭੜਾ तेरी मां गई सी दरवाजे गई सी पिछो भी निकल गई सी क्यों छापा पै गई जिथे साडा यार गया हाँ। उस कमरे दी किसे दीवार दी इट निकल दी क्यों की फायदा फिर ਤੇਰੇ ਪਿਓ ਨੇ ਮੇਰੇ ਨਾਲ ਸੌਦਾ ਕੀਤਾ ਸੀ 50 ਲੱਖ ਦੇ ਦੱਸ
तेरे रिश्तेदारों चो तो तेरा कोई रिश्ता ही नहीं सी लै रहा। तेरे प्यो ने गुस्से दे विच ए शर्त रखी सी कि मेरी धी का रिश्ता लवोगे तो मैं जहेज के नाल नाल 50 लाख का चेक देंगा। मैं नहीं तेन व्याया ते ज्यादा फजूल बकवास इतने मेरे सामने नहीं करनी। मेरी मर्जी का जो काम सी होना सी हो गया ते जे तेरे एडे दिल करता ते जा तो हो जाए थो पागल हो गया। कुड़ियां नूं तां कह दे अड़िया तेन शर्म नहीं आनी एडी सोहनी तेरी धी हो मैं धक्का लवा तेन कैसा लगेगा। यार तू ओहदा ख्याल कर तू ओहदी धी पाली विच उठ दस ओनू इन्नी जोर सट तो नहीं लगी जे लगी है तो दस मैं पट्टी कर देना मैं कंपाउंडर भी हूं। चौधरी साहब तुसी की करदे पे धक्के पे मार दियो उन्हें को 2-4 महीने घर च रहन दियो ज्यों दे रिश्तेदार आने जाने शुरू हो गए उन्हें पता लग गया सारी गल का तो नवा कट्टा खुल जाना जे खुल जाए नवा कट्टा। मैं जो कहना सी कह दिता मैं ना तेन सही गल दसा मैं इन्हों पुत्र नहीं एक ना तेरे अबे को ना पैसे लाए तो वो पैसे मेरे नहीं मैं तो बाहर उत्तर प्लाट से रहना नाल मेरा जीरा पला रहा सानू पैसे नहीं सी चाहिए इन्हें ना लालच तेरे प्यो को पैसे लाए तो तू भावे चली जा। ओए तू जो मर्जी है कह लै जेड़ा काम होना सी हो गया हुण तू ही जाना तो दफा हो जा एले भी जाना तो चली जाए चल जाए थो। चौधरी साहब पहले मैं थे रहना सी या नहीं सी रहना हुण मैं थो जाना नहीं ए जे हो जिया भी है साईं है जो भी है मेरा मजाजी खुदा है मैं इसे नाल ही हूं
चौकीदार दिया चुप कर जा। खुदा की कसम मैं तुहाडा देन नहीं दे सकदा, होया तुसी मेरा हराम दा पुत्र मलाता। तुम्हारे अबू पता नहीं कौन है झूठी। चला जा चूड़िया भाई, तू मैं तुम्हारा बेटा नहीं, बेटा की है। ओए उधर जा, ओए ओए आ समाली आ समाली। हजरत अच्छा भाई सारे मैं पागल हूं, मैं मार भी देना। पागल है पागल है। दालिया शुक्र करो तुम्हें तुम्हारे डैडी मिल गए। ओके ये आपका बेटा बचपन में गिन गया था। आप किस तरह बोल रहे हैं, आपकी पैंट जो है तंग है। आप पैटिंग होने आया यार। आप हो कौन? एक और ये मेरी बहन है, इधर टैटू बना दे। क्यों टैटू बना लेगा है? शकूर अंबाला को सुता नहीं जागन नहीं है। मेरी बात सुने, आपने मेरे साथ ज्यादती की है। आपके साथ तो बात ही नहीं हुई, आप ऐसे ही बैंड पेश कर रहे हो, मैंने तो बताया ही नहीं। खबी जेब च परोठा पाया है। हेलो तमीज से बात करे, वो मेरी बहन है। मैंने तो आपसे बात ही नहीं की। बगैरती ना करी, मेरी धी का घर खराब होया तो मैं। आपने हमारे साथ धोखा किया है। मुझे कसम उठा लो मैंने नहीं किया। पहले बेटी की मंगनी मेरे साथ करके अभी तक शादी कर दी आपने। ओ कैसी तेरी चकराती आवाज है, मैं नशेई कौन है? बाजी डाल के इधर आ। ये दुनिया का बहुत नशेई है। अब देखो उतो रेलवे वाले दा थलो मल्ले वाले दा। ये कौन है? नशा नहीं आंदे। नहीं मैं तो मजाजी नशेई। हेलो मिस्टर, क्या नाम है? वो मेरी कोई बात नहीं, उसने कुछ भी नहीं कहा। वो तेरी बहन उठ खेलने आ नशेई जान दाना का करता है, इन्हें छेड़ो ना मेरी
तो तुम मैं थी तोड़ दे नहीं भाई बहुत मुतमईन हो तुम मुतमईन हो अन शिया ओए छोटे बच्चे दा कोट पा के आ गई मेरा अपना मेरा बड़ा मुंडा दा अरे ओए कौन है की रौला पाया तुझे ए मेरी बच्ची दा बे मेरे शरीक ने ए मेरी बच्ची दा घर खराब करन आए ने मैं ये लता बनेगा वो जानदा नहीं से थपारे नु पंजाब तो लेके यूके तक जाऊंगा बस कर दे किन्ने काम तेरे वेखते ने ट्रंप भी तेरे हम खांदा ओबामा भी तेरे हम खांदा सारे तेरे हम खांदे मेरी जान लेनी कीती है तू लगदा बहुता चूप बैठा बगैरत ए काका ओए हां ए मेरा सुनती है ओ तू 2021 च भी 1970 वाला कोट पाया ਐ ਫੁੱਲ ਵੱਡਾ ਕੋਟ ਹੀ ਆ ਤੂੰ ਭੈਣ ਕਿਤੇ ਹੋਰ ਦੇ ਵੇ ਗੁਰਾਂਦਾ ਮਨਾ ਮੈਂ ਖਲੋਤਾ ਕੋਈ ਟੈਨਸ਼ਨ ਓਏ ਥੱਕ ਗਿਆ ਮੇਰੀ ਧੀ ਦੇ ਘਰ ਤੁਸੀਂ ਖਲੋਤੇ ਨਾ ਤਾਂ ਮੈਨੂੰ ਗੁੱਸਾ ਚੜ ਜਾਣਾ ਓਏ ਗੁੱਸਾ ਬਲਾ ਆਪਣਾ ਜਾਈ ਬਲਾ ਜਾ ਭਾਈ ਆਸਤਾ ਬੋਲੇ ਆਸਤਾ ਕਿ ਬੋਲਾ ਮੇਰੇ ਕੇ ਉੱਚੀ ਨਾ ਬੋਲੀ ਤੂੰ ਮੈਨੂੰ ਜਾਣਦਾ ਨਹੀਂ ਉਹ ਤੂੰ ਕੌਣ ਹੈ ਦੱਸਣ ਭਾਈ ਮਾਰ ਇਹਨੇ ਦੱਸ ਦੇਣਾ अपने बाथरूम च वड़ के कमोट नू वेख के कहन लगे आ प्लाजा किने पाता निकिया निकिया बावा ने बाहर बंदा जिनू रक्षे नू दो बारी हाथ देना पैंदा ओ किने बकी इंज करके फिर अगे होके नू इंज करना ए कभी भी ना दो बारी हाथ दे अपने सालन वाले डोंगे दी डिग्गी डुब के मरन लगा सी ए ते साला चार बिल्लियां रख के कहना मैं गुजर हो गया थोड़ा जा ਓ ਦੇਖੋ ਮੇਰੀ ਗੱਲ ਸੁਣੋ ਕੀ ਗੱਲ ਆ ਤੁਸੀਂ ਆਏ ਹੋ ਨਾ 5 ਮਿੰਟ ਲਾਓ ਤੇ ਨਿਕਲੋ ਨਹੀਂ ਨਹੀਂ ਚਲੋ ਨਿਕਾ ਨਿਕਾ ਜਿਆ ਬੱਚਾ ਵਿਚਾਰਾ ਨਿਕਾ ਜਿਆ 5 ਮਿੰਟ ਲਾਓ ਤੇ ਨਿਕਲੋ 5 ਮਿੰਟ ਹਾਂਜੀ ਚਲਾ ਓਏ ਚਲੋ ਚਲੋ ਖਾਣਾ ਸ਼ਾਣਾ ਖਾਓ ਤੇ ਨਿਕਲੋ ਓ ਖਾਣਾ ਕਿੰਨਾ ਖਾਣਾ ਹੈ ਓ ਪੋਰਾ ਮੈਂ ਤਾਂ ਤੁਹਾਨੂੰ ਕਹਿੰਦਾ ਮੈਨੂੰ ਕੀ ਜਿਹੜੀ ਪੰਡ ਪਹਿਲੇ ਬਹੁਤ ਥੱਲੇ ਕੰਜੜਾ ਉਤੋਂ ਕੋਟ ਲਾਈ ਜਾ ਰਿਆਂ ਓ ਇਹ ਚੁੜੇਲ ਦਾ ਬੱਚਾ ਹੀ ਕੀ ਇਹ ਵੇਖੋ ਇਸ ਤਰ੍ਹਾਂ ਪੈਰ ਕਿਸੇ ਦੇ ਵੀ ਨਹੀਂ ਹੁੰਦੇ ਆ कंजरा सीधा और पुठा कर हेलो ऐसे ही अंदर चले मारा तुम्हें सेंस नहीं है तुमने ईसाई के साथ शादी कर ली तो हेलो मिस्टर मैं तुमसे बात नहीं कर रहा मैं अपनी मंगेते से बात कर रहा हूँ अब वो मेरी बीवी है
धोखे से शादी की है, तुम्हारे साथ कोई बीवी नहीं है तुम्हारी। अच्छा जाओ काम करो अपना। क्यों? मैं मुंह पे थूक देता होता हूँ। और जाओ घंटा ऐसे लेबा साहब जाओ, मैं अपनी कजन से बात कर रहा हूँ यार, तुम्हें सेंस होनी चाहिए। तुम तो बकवास बंद करो। मसला छोटा जिहा भी होवे वड्डा कर दिंदा। बहुत बुरी बात है भाई, बहुत। ये तो बोलता ही इन्हें जिम्मे उल्टी आने लगी। मेरी सुनो अपना अगली गल तू कौन भाई? कौन है भैया बता। ये कौन है नपुती इनका? तेरी बहन तिकड़ी मां के बच्चे। ये कौन है मतलब? मेरी गल का गुस्सा नहीं करना। हाँ संघ च किटक फस गई है। असल में मैं सेठ दिलावर का मुंशी हूं। मैं की करा? मैं सेठ शकूर अंबाला पंजाब तो लैके अगो मेनू नहीं पता। मुकर गया मैं, मुकर गया मैं, कसम चुका मैं मुकर गया। ये हर दफा अपनी बात से मुकर जाते हैं। हाँ जी आप छोड़ो। मैं बता रहा हूँ कि मैं सेठ सलावर का मुंशी हूँ। तो ऐसे की कर गए? अबे ओ बिशीरा घंटी के बच्चे, बदतमीजी ना कर। स्त्री लुंडी का बच्चा, तेरी बहन की तरीकी। अबे चाचा क्या बिशीरा थिंदी के बच्चे? और तू कौन है उल्टी छलांग लगा के खीरा पूटने वाली माँ के बच्चे है? मैं तुम्हें क्या कहा बदतमीज की जा रहा है? बताऊं बता दिया मामा पहने की सीढ़ियां मिल दिया कि थोने मैं जैसे किते शेहुपुरे गुड्डू दे कारे उठो तैं क्यों नहीं बता रहा लीफा जंपाली के बच्चे? अबे तू कौन है चिकड़ में परफेक्ट नाचने वाली माँ के बच्चे? तैं तो गुस्सा ही कर गया धरने में एंजॉय करने वाली माँ के बच्चे। ओए क्या चल रहा है? ओए ना यार ना। ओए तमीज करो मुंशी साहब उन जेड़े प्लाट च असी रहने ना। अच्छा उन्होंने मालिक ने मुंशी जी खैर यार यही बताने आऊं कि सेठ दिलावर की डेथ होगी। फौत हो गए वो? फौत हो गए? हाँ कौन फौत हो गया? सेठ दिलावर। सेठ दिलावर यार यानी बंदा मर गया। हैप्पी बर्थडे टू यू यार। अबे टेंशन वाली बात है परेशानी वाली, लेकिन जाते जाते एक काम अच्छा कर गया वो। अपनी अरबों की प्रॉपर्टी भोले के नाम लगा गया। यार चुपचारी नु मना करया करो यार। यार एक बंदे आज खलो के चुदरानी की कर दी है? एते खुशी दी खबर है तेरी उत्ते बैठे बैठ निकलन दी खाऊ और थले निकलन दी रोला पाऊं गया। देख लेंगे तुमको। ओके अपने जवाई मिलो बगैर नहीं जाना। मरे बच्चे जमन वाली मेरी बीवी है। अच्छा अच्छा तेरा जवाई बनिया मेरा पुत्र है। अच्छा तो मैं मिलने पछाने मैं उन्हें सौरा वा पंजाब को लेके खुशी वहां कर।
ਸਾਡੇ ਹੀਰੋ ਨਾਲ ਵਿਆਹ ਲੈ ਆਇਆ ਤੇ ਉਹਨੂੰ ਡਾਂਸ ਤਾਂ ਸਿਖਾ। ਏਡਾ ਸੋਹਣਾ ਤੇ ਕਰਨ ਲਈ ਮਾਮਾ ਇਸ ਵੇਲੇ ਤੈਨੂੰ ਮਾਰਨਾ ਸੀ। ਉਹਨੇ ਤਾਂ ਸਾਰਿਆਂ ਲਿਖਿਆ ਹੀ ਨਹੀਂ ਸੀ ਵਿੱਚ। ਇਹ ਕੋਣਾ ਖੁਸ਼ਾ ਪਾਇਆ ਨੇ? ਮੈਂ ਤਾਂ ਬੋਲੀ ਭੰਗ ਕਰਨੇ ਨੇ। ਠੀਕ ਹੈ। ਉਹਦੇ ਆਪਨੇ मेरे साथ शादी करनी? हाँ ना। आप अंदर बैठे, मैं 4 से 8 बजे तक बैठता हूँ। आप आओगे दान? जी हाँ जी। सच्ची? हाँ जी। ताड़े पहले एक्सरे होंगे, फिर उसके बाद ब्याह की गल करांगे। ओ कादे एक्सरे होंगे? ऐसे ही मैं जरा थोड़ा सा एक टेस्ट लेता हूँ। जा जा डॉक्टर अमन। हाँ जी। बैठ सारे का मरीज को इधर ही भेज दे। तो ये पहली लास्ट ले जाओ। ए मेरी भैन पसंद आ गई और मैं अपने मी लेके आया। पैसे की गल मान। हेलो मिस्टर, सॉरी यार हमने आपकी बदतमीजी की। कोई बात नहीं, थैंक यू। वो असल में ना आपसे एक बात करनी थी। क्या? ओए क्या उड़ जाओ, उन मुंडिया का कोई शौक नहीं है। मैं तेरे साथ चल जाओ, मुझे जूती मारने की कोशिश ना करना। चलो स्टूपिड, डर गया डर गया। चलो अंदर जाओ, मैं उनसे बात करनी है। अंदर किस तरह जाए? पीछे से मैं अकेला था। बोला भाई वो मेरी बहन मेरे साथ आई है, वो आप साथ ना कुछ प्राइवेट बात करना चाह रही है। बुलाओ। बहना आ जाओ। कितने प्यारे तुम। सॉरी हमने तुम्हारी बदतमीजी की। ये देखो शादी करनी। हाँ। शादी करनी इधर चले जाओ। आ रहे हो? हाँ सारे कस्टमर उधर बैठे हैं। मैं क्या शादी के लिए उधर भेजी ना, कोई हकीके लिए इधर भेज। बोले हाँ जी, मेरी बहन के साथ तुम्हारा कपल बहुत अच्छा लगेगा। हाँ ठीक है ना, उसके साथ मैं पूरा कपल शर्मा बनाऊंगा। थैंक यू, हम वेट पे रहेंगे है ना। हेलो, ओए हेलो, तू इधर आओ। ਤੁਸੀਂ ਕੀ ਕਰ ਰਹੇ ਹੋ? ਤੈਨੂੰ ਪਤਾ ਹੈ ਸਾਰੇ ਲਾਲਚੀ ਲੋਕ ਨੇ। ਉਹ ਤੇ ਮੈਨੂੰ ਪਤਾ। ਉਹ ਨਾ ਆਪਣੀਆਂ ਭੈਣਾਂ ਲੈ ਕੇ ਕਹਿੰਦੇ ਉਹਨਾਂ ਨਾਲ ਵਿਆਹ ਕਰ ਲੈ। ਤੁਹਾਡਾ? ਹਾਂ। ਤੇ ਤੁਸੀਂ ਫਿਰ ਕੀ ਕਿਹਾ? ਮੈਂ ਕਿਹਾ ਨਹੀਂ ਮੈਂ ਨਹੀਂ ਤੁਹਾਡੇ ਨਾਲ ਵਿਆਹ ਕਰਨਾ, ਮੈਂ ਤੇਰੇ ਨਾਲ ਪਿਆਰ ਕਰਨਾ। ਅੱਛਾ ਮੇਰੇ ਨਾਲ ਪਿਆਰ ਕਰ?
ਕਿੰਨਾ ਗਾਣਾ ਸਾਡੇ ਨਾਲ ਵੀ ਪਾ ਦੇਣਾ ਸੀ। ਆਪਣੇ ਮਜ਼ਹਬ ਦੀ ਕਸਮ ਖਾ ਤੇੜਾ ਬਣਦਾ ਵਾਲਿਆ, ਤੇਰਾ ਜਿਹੋ ਜਿਹਾ ਮੂੰਹ ਤੇਰਾ ਐਂਡ ਤੇ ਝਗੜਾ ਹੁੰਦਾ ਏ। ਇਹਨੇ ਸਾਰੇ ਜੈਲਸ ਹੁੰਦੇ ਨੇ ਤੁਹਾਡੇ ਮੇਰੇ ਪਿਆਰ ਤੋਂ, ਤੁਹਾਨੂੰ ਪਤਾ ਹੈ, ਕਿਉਂਕਿ ਤੁਸੀਂ ਸੋਹਣੀ ਹੋ ਨਾ ਕਾਕੀ ਹੋ ਕੁੱਲੀ ਹੋ ਪਾਪੀ ਹੋ। ਏ ਆ ਕਰ ਮੈਨੂੰ ਉਡਾਉਣਾ ਆ ਜਾ ਭੋਲੇ ਕੁੜੀਏ, ਇੱਧਰ ਗੱਲ ਸੁਣ। ਉਰੇ ਆ ਰਿਹਾ, ਮੈਨੂੰ ਪਤਾ ਤੁਸੀਂ ਕੀ ਕਹਿਣਾ। ਨਹੀਂ ਨਹੀਂ, ਮੈਂ ਪੁੱਤਰ ਤੈਨੂੰ ਇਹ ਕਹਿਣਾ ਵੀ ਭੋਲਾ ਹੈਗਾ ਮਾਸੂਮ ਭੋਲਾ ਜਿਹਾ, ਇਹਨੂੰ ਕਹਿ ਜਿਹੜਾ ਉਹ ਪਲਾਟ ਹੈ ਨਾ ਇਹਦੇ ਨਾਂ ਕੀਤਾ ਉਹਨੇ, ਉਹ ਮੇਰੇ ਨਾਂ ਕਰ ਦੇਵੇ, ਇਹਦੇ ਕੋਲ ਕੋਈ ਖੋ ਨਾ ਨਾ ਲਵੇ। ਖੋ ਨਾ ਲਵੇ, ਮੈਂ ਚੌਥੀ 'ਚ ਪੜ੍ਹਦਾ। ਨਹੀਂ ਨਹੀਂ ਪੁੱਤਰ, ਪਲਾਟ ਹੈ ਮੇਰਾ ਖੋ, ਤੈਨੂੰ ਪਤਾ ਨਹੀਂ ਦੁਨੀਆ ਬੜੀ ਚਲਾਕ ਆ ਪੁੱਤਰ, ਤੇਰੇ ਕੋਲੋਂ ਖੋ ਲੈਣਗੇ। ਨਹੀਂ ਖੋਲੇਗੀ, ਇਹ ਮੇਰੇ ਨਾਲ ਜਾਏਗਾ, ਮੇਰਾ ਦਮਾਦ ਹੈ, ਮੈਂ ਇਹਨੂੰ ਲਖਪਤੀ ਕੀਤਾ, ਉੱਥੋਂ ਉਹਦੇ ਪਤੀ ਹੋਇਆ, ਮੇਰੀ ਬੇਟੀ ਤੇ ਸੱਚੋ ਗਿਰ ਨਾ ਮਿਲੇ ਨੇ। ਇਹ ਸੇਠ ਸ਼ਕੂਰ ਨਾਲ ਸ਼ਹਿਰ ਜਾਏਗਾ, ਉੱਥੇ ਅੰਮਾ ਦਾ ਕੰਮ ਕਰੇਗਾ, ਅਸੀਂ ਸ਼ੂਕੇ ਤੋਂ ਅੱਗੇ ਕੰਮ ਕਰਾਂਗੇ। ਉਹ ਗੱਲ ਮੈਂ ਕੀਤੀ ਹੈ ਜਿਹੜਾ ਤੂੰ ਗੁੱਸਾ ਕਰਦਾ। ਇਹ ਤੈਨੂੰ ਮੈਂ ਕਹਿ ਦਿੱਤਾ ਇੱਥੇ ਰਹੇਗਾ, ਮੇਰਾ ਪੁੱਤਰ ਆ ਇੱਥੇ ਰਹੋ। ਉਹ ਮੇਰਾ ਦਵਾ ਦੇ, ਇਹ ਮੇਰਾ ਪੁੱਤਰ ਹੈ। ਬੇਰੇ ਕਿਸ ਬਾਤ ਦਾ ਝਗੜਾ ਕਰ ਰਹੇ ਹੋ? ਓਏ ਨਹੀਂ ਸੰਸੀ ਜਿਆ, ਮੇਰੇ ਪੁੱਤਰ ਨੂੰ ਕਹਿ ਰਿਹਾ ਇੱਥੇ ਰਹੇ, ਮੈਂ ਕਿ ਸ਼ਹਿਰ ਚੱਲੇ ਸੀ ਉੱਥੇ ਕਾਰੋਬਾਰ ਕਰਾਂਗੇ। ਅੱਛਾ ਮੈਂ ਰੁਪਈਆ ਆ ਕੋ ਬਾਤ ਬਤਾਉ ਜੀ, ਬਤਾਓ। ਪਲਾਟ ਫਰੂਟਸ ਕੇ ਨਾਮ ਨਹੀਂ ਲਗਾ, ਮੈਨੇ ਝੂਠ ਬੋਲਾ ਥਾ, ਮੈਨੇ ਕਹਾ ਚਾਰ ਦਿਨ ਬੋਲੇ ਕਿ ਇੱਜ਼ਤ ਹੋ ਜਾਏਗੀ ਵਿਚਾਰੇ ਦੀ। ਲੱਖ ਲਾਣਾ ਤੋ ਤੇਰੇ ਤੇ, ਉਹ ਨੀਫਾ ਜੰਪਾਲੀ ਦੀਆਂ ਮੁੰਡਿਆ, ਤੂੰ ਵੀ ਉਸੇ ਕਹੀਏ। ਉਹਨੇ ਕਹਾ ਚਾਰ ਦਿਨ ਇੱਜ਼ਤ ਕਰਨ ਜਿਆ ਕਰ ਆਪਣਾ, ਯਾਨੀ ਸਾਡੇ ਨਾਲ ਧੋਖਾ, ਇਹਨਾਂ ਨੇ ਮਜ਼ਾਕ ਕੀਤਾ ਸਾਡੇ ਨਾਲ, ਅਸੀਂ ਇੱਥੇ ਇੱਕ ਮਿੰਟ ਨਹੀਂ ਰਹਿਣਾ, ਇਹਨਾਂ ਨੇ ਸਾਡੇ 50 ਲੱਖ ਦਾ ਵੀ ਮੁੱਲ ਨਹੀਂ ਪਾਇਆ, ਮੈਂ ਲਾਣਾ ਮਾਨਾ ਜਵਾਈ ਤਾਂ ਵੀ ਤੇ ਤੇਰੇ ਤੇ ਪਹਿਲਾਂ ਹੀ ਪਈ ਏ, ਅਸੀਂ ਇੱਥੇ ਨਹੀਂ ਰਹਿਣਾ, ਮੇਰੇ ਨਾਲ ਸ਼ਹਿਰ ਚੱਲ ਚੱਲ। ਨਹੀਂ ਨਹੀਂ ਨਹੀਂ, ਮੈਂ ਨਹੀਂ ਜਾਣਾ। ਕਿੱਡੇ ਲਾਲਚੀ ਲੋਕ ਨੇ, ਇੱਕ ਮਿੰਟ ਬਾਅਦ ਕਿਸਣਾ ਰੰਗ ਬਦਲਦੇ ਨੇ, ਪੈਸੇ ਹੁੰਦੇ ਨੇ ਕਿਸਣਾ ਦੇ ਹੋ ਜਾਂਦੇ ਨੇ, ਪੈਸੇ ਨਹੀਂ ਹੁੰਦੇ ਤੇ ਹੋਰ ਤਰ੍ਹਾਂ ਦੇ ਹੋ ਜਾਂਦੇ ਨੇ। ਯਾਰ ਤੁਸੀਂ ਕਿਸਣਾ ਦੇ ਬੰਦੇ ਹੋ, ਤੁਹਾਡੇ ਅੰਦਰ ਦਿਲ ਨਹੀਂ ਹੈਗਾ, ਤੁਸੀਂ ਮਸ਼ੀਨਾਂ ਹੋ। ਆਪਣਾ ਦਿਲ ਤੇ ਆਪਣੀ ਮਸ਼ੀਨ ਆਪਣੇ ਕੋਲ ਰੱਖ, ਮੈਂ ਆਪਣੀ ਬੱਚੀ ਲੈ ਕੇ ਜਾ ਰਿਹਾ। ਨਹੀਂ ਇੱਥੋਂ ਨਹੀਂ ਜਾਣਾ, ਤੁਸੀਂ ਜਾਓ। ਪਿਓ ਦੇ ਅੱਗੇ ਜ਼ਬਾਨ ਚਲਾ ਲਈਏ, ਗੁੱਦੀ ਤੋਂ ਜ਼ਬਾਨ ਖਿੱਚ ਕੇ ਤੇਰੇ ਹੱਥ ਦੇ ਦੇਗਾ। ਜਿਹਨੇ ਤੈਨੂੰ ਪਾਲਿਆ ਪੋਸਿਆ ਜਵਾਨ ਕੀਤਾ, ਇਹਨਾਂ ਦੇ ਲੜ ਲਾਇਆ, ਉਹਦੀ ਕੋਈ ਇੱਜ਼ਤ ਨਹੀਂ, ਬਦਤਮੀਜ਼ਾ, ਪਿਆਰ ਹੋ ਗਿਆ ਤੈਨੂੰ ਮੇਰੇ ਨਾਲ? ਨਹੀਂ ਜੀ, ਮੈਨੂੰ ਇਹਦੇ ਨਾਲ ਪਿਆਰ ਨਹੀਂ ਹੋਇਆ। ਫੇਰ ਕੀ ਹੋਇਆ? ਨਾ ਹੀ ਮੈਨੂੰ ਇਹਦੇ ਨਾਲ ਮੁਹੱਬਤ ਹੋਈ। ਫੇਰ ਕੀ ਹੋਇਆ? ਮੈਨੂੰ ਇਹਦੇ ਨਾਲ ਇਸ਼ਕ ਹੋ ਗਿਆ। ਅੱਬਾ ਜੀ, ਉਹ ਜਿਹੜਾ ਇਸ਼ਕ ਹੈ ਨਾ, ਉਹ ਪਠਾਨ ਦੀ ਤਰ੍ਹਾਂ ਹੁੰਦਾ ਹੈ। ਕੀ ਮਤਲਬ ਤੇਰਾ? ਉਹ ਜਿਹੜਾ ਇਸ਼ਕ ਹੈ ਨਾ, ਉਹ ਪਠਾਨ ਦੀ ਤਰ੍ਹਾਂ ਹੁੰਦਾ ਹੈ, ਹੋ ਜਾਵੇ ਤੇ ਕੁਝ ਸਮਝਦਾ ਹੀ ਨਹੀਂ। ਮੈਂ ਨਹੀਂ ਜਾਣਾ। ਓਕੇ, ਇੱਥੇ ਹੀ ਖੱਜਲ ਖੁਆਰ ਹੁੰਦੀ ਰਹਿ, ਅੱਜ ਤੋਂ ਤੂੰ ਮੇਰੇ ਲਈ ਮਰ ਗਈ, ਮੈਂ ਤੇਰੇ ਲਈ ਮਰ ਗਿਆ। ਓਏ ਖੱਜਲ ਖੁਆਰ ਨਹੀਂ ਹੋਏਗੀ, ਸੱਚੀ ਮੁੱਚੀ ਸਾਡੇ ਨਾਂ ਤੇ ਪਲਾਟ ਹੈ। ਮੈਂ ਕਿਹਾ ਸੀ ਇਹਨਾਂ ਦੇ ਸਾਹਮਣੇ ਕਦੀ ਝੂਠ ਬੋਲੀ, ਇਹਨਾਂ ਦੇ ਰੰਗ ਵੇਖੀ ਕਿਸ ਤਰ੍ਹਾਂ ਬਦਲਦੇ। ਮੇਰਾ ਪੁੱਤਰ, ਚੱਲ ਚੱਲ ਕੰਮ ਕਰ, ਮਿੰਟ ਬਾਅਦ ਆਪਣਾ ਰੰਗ ਬਦਲ ਲੈਂਦੇ ਨੇ, ਮਿੰਟ ਬਾਅਦ ਬੰਦਿਆਂ ਨਾਲ ਬਦਲ ਜਾਂਦੇ ਹੋ ਤੁਸੀਂ, ਤੁਸੀਂ ਗੰਦੇ ਹੋ, ਤੁਹਾਨੂੰ ਛੱਡਣ ਨਹੀਂ ਆਉਂਦੀ, ਪੈਸੇ ਨਾਲ ਇੰਨਾ ਪਿਆਰ ਕਰਦੇ ਹੋ, ਤੁਹਾਨੂੰ ਇਨਸਾਨਾਂ ਨਾਲ ਪਿਆਰ ਹੀ ਕੋਈ ਨਹੀਂ, ਭੁੱਲ ਹੀ ਜਾਂਦੇ ਹੋ ਕਿ ਇੱਕ ਦਿਨ ਮਰਨਾ ਵੀ ਹੈ, ਅੱਲਾ ਨੂੰ ਜਾ ਕੇ ਕੀ ਹਿਸਾਬ ਦੇਣਾ। ਬੇਵਕੂਫਾ, ਤੁਸੀਂ ਇਨਸਾਨ ਹੋ, ਖੁਦਾ ਅਤੇ ਇਨਸਾਨ 'ਚ ਪਤਾ ਕੀ ਫਰਕ ਹੁੰਦਾ? ਇਨਸਾਨ ਇਨਸਾਨ ਦਾ ਮਾਲ ਵੇਖਦਾ ਅਤੇ ਖੁਦਾ ਬੰਦੇ ਦੇ ਅਮਾਲ ਵੇਖਦਾ। ਪੈਸੇ ਦਾ ਆਉਣਾ ਜਾਣਾ ਕੋਈ ਦੁੱਖ ਵਾਲੀ ਗੱਲ ਨਹੀਂ ਹੁੰਦੀ, ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਰਿਸ਼ਤੇ ਨਹੀਂ ਹੁੰਦੇ, ਜਿਨ੍ਹਾਂ ਦੀਆਂ ਮਾਵਾਂ ਨਹੀਂ ਰਹਿੰਦੀਆਂ, ਜਿਨ੍ਹਾਂ ਦੇ ਪਿਓ ਨਹੀਂ ਰਹਿੰਦੇ, ਮਾਂ ਪਿਓ ਤੋਂ ਬਗੈਰ ਜ਼ਿੰਦਗੀਆਂ ਕਿਸੜਾ ਗੁਜ਼ਰਦੀਆਂ, ਤੁਹਾਨੂੰ ਕੀ ਪਤਾ ਹੋਵੇ? ਤੁਸੀਂ ਸੁਣਿਆ ਕਦੀ? ਉਹ ਸੁਣਿਆ ਕਦੀ ਤੁਸੀਂ ਜਿਹੜੇ ਲੋਕ ਕਹਿੰਦੇ ਨੇ ਕਿ ਯਾਰ ਸੀਨੇ 'ਚ ਬੜੇ ਦੁੱਖ ਨੇ, ਸੀਨੇ 'ਚ ਬੜੇ ਦੁੱਖ ਲੈ ਕੇ ਫਿਰ ਰਹੇ, ਭਲਾ ਕਿਹੜੇ ਦੁੱਖ ਹੁੰਦੇ ਨੇ? ਉਹ ਜਿਹੜੇ ਮਾਂ ਨੂੰ ਸੁਣਾਉਣੇ ਹੁੰਦੇ ਅਤੇ ਮਾਂ ਨਹੀਂ ਹੁੰਦੀ। ਅੱਛੀ ਚੀਜ਼ ਹੁੰਦੀ ਹੈ ਇਹ, ਖੁਦਾ ਅਤੇ ਔਲਾਦ ਦੇ ਦਰਮਿਆਨ ਵਕੀਲ ਹੁੰਦੀ ਹੈ, ਜਿੰਨਾ ਮਰਜ਼ੀ ਕੇਸ ਖਰਾਬ ਹੋ ਜਾਏ, ਜਿੰਨਾ ਮਰਜ਼ੀ ਕੇਸ ਖਰਾਬ ਹੋ ਜਾਏ, ਮਾਂ ਹਾਰਨ ਨਹੀਂ ਦਿੰਦੀ। ਬੱਚਾ ਤੇ ਤੇਰਾ ਜ਼ਿਆਦਾ ਹੀ ਤਾਰੁਲ ਕਾਦਰੀ ਟੈਪ ਹੋ ਗਿਆ, ਲੇਕਿਨ ਮੇਰੀ ਗੱਲ ਉੱਥੇ ਹੀ ਹੈ, ਮੈਂ ਨਹੀਂ ਇਸ ਘਰ ਜਾਵਾਂਗਾ, ਮੈਂ ਆਪਣਾ ਹੀ ਕਾਰੋਬਾਰ ਕਰਾਂਗਾ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਨਹੀਂ ਪਤਾ। ਹਾਂ ਹਾਂ।